ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਕਿੱਦਾਂ ਹੁਸ਼ਿਆਰਪੁਰ ਵਾਲਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡਾ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਂ ਹੈ ਜੀ ਕੰਟੀਨੀ। ਲਓ ਜੀ, ਅੱਜ ਅਸੀਂ ਗਾਹ ਪਾਉਣ ਲਈ, ਗੱਲਾਂ ਬਾਤਾਂ ਕਰਨ ਲਈ, ਮਸਤੀ ਕਰਨ ਲਈ ਆ ਪਹੁੰਚੇ ਹਾਂ ਜੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ। ਅਤੇ ਕੈਂਪਸ ਹੈਗਾ ਜੀ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ, ਰੀਜਨਲ ਕੈਂਪਸ, PU ਦਾ ਰੀਜਨਲ ਕੈਂਪਸ ਹੋਵੇ, ਕੁੜੀਆਂ ਤਾਂ ਸੋਹਣੀਆਂ ਹੋਣਗੀਆਂ। ਆਓ ਜੀ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਤਾਂ ਰੱਖਵੇਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਕੁੜੀ ਕਹਿੰਦੀ ਮੈਨੂੰ ਕੌਫੀ ਪਿਆ ਦੇ, ਕੌਫੀ ਪਿਆ ਦੇ ਲਾਤੇ। ਕੁੜੀ ਕਹਿੰਦੀ ਮੈਨੂੰ ਕੌਫੀ ਪਿਆ ਦੇ, ਕੌਫੀ ਪਿਆ ਦੇ ਲਾਤੇ, ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਲੀੜੇ ਪੂਰੇ ਨੇ ਜਾਂ ਹੈਗੇ ਇਹ ਪਾਟੇ। ਆਈ ਡੋਂਟ, ਮੇਕੋ ਪੰਜਾਬੀ ਨਹੀਂ ਆਤੀ। ਹੈਨੇ ਮੇਕੋ ਪੰਜਾਬੀ ਨਹੀਂ ਆਤੀ। ਚਲੋ ਵਧੀਆ, ਪੰਜਾਬੀ ਨਹੀਂ ਆਤੀ ਜੀ, ਵਧੀਆ ਗੱਲ ਹੈ। ਮੈਨੇ ਆਪਕੀ ਤਾਰੀਫ ਕੀ ਥੀ, ਮੈਨੇ ਕਿਹਾ ਸੁੰਦਰ ਲੱਗ ਰਹੀ ਹੋ ਜੀ। ਹੋਰ ਕਿਆ ਨਾਮ ਹੈ ਜੀ ਆਪਕਾ? ਆਇਰਿਸ। ਹਾਂਜੀ, ਆਇਰਿਸ। ਆਇਰਿਸ, ਅੱਛਾ ਜੀ। ਇਹ ਕਿੱਥੋਂ ਹੋ ਜੀ ਤੁਸੀਂ? ਚੰਡੀਗੜ੍ਹ। ਅੱਛਾ, ਚੰਡੀਗੜ੍ਹ ਨਹੀਂ ਹੋ ਜੀ? ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਵੈਸੇ ਪੂਰਾ ਨਾਂ ਕੀ ਹੈ ਜੀ? ਆਇਰਿਸ ਮਨਹਾਸ। ਆਇਰਿਸ ਮਨਹਾਸ। ਮੈਨੂੰ ਲੱਗਿਆ ਵੀ ਜਿਹੜੀ ਕੁੜੀ ਦਾ ਨਾਂ ਘਰ ਦੇ ਰੱਖਦੇ ਹੁੰਦੇ ਇਸ਼ਵਿੰਦਰ ਕੌਰ, ਉਹ ਚੰਡੀਗੜ੍ਹ ਜਾ ਕੇ ਆਇਰਿਸ ਰੱਖ ਲੈਂਦੀ ਹੁੰਦੀ ਹੈ। ਮੈਂ ਕਿਹਾ ਕਿਤੇ ਉਹ ਨਾ ਹੋਵੋ। ਅੱਛਾ, ਕੀ ਸ਼ੌਂਕ ਹੈ ਜੀ ਤੁਹਾਡੇ? ਰੀਡਿੰਗ ਬਹੁਤ ਪਸੰਦ ਹੈ। ਹਾਂਜੀ। ਔਰ ਆਰਟ ਐਂਡ ਕਰਾਫਟ। ਅੱਛਾ ਜੀ। ਔਰ ਘੁੰਮਣਾ। ਅੱਛਾ ਜੀ। ਇਹ ਲੀੜੇ ਪੂਰੇ ਨਹੀਂ ਪਾਉਂਦੇ ਜੀ ਅੱਜ ਕੱਲ੍ਹ ਕੁੜੀਆਂ? ਇਹ ਫੈਸ਼ਨ ਹੈ ਜੀ, ਫੈਸ਼ਨ ਫੈਸ਼ਨ ਇਹ ਫੈਸ਼ਨ ਹੈ ਜੀ। ਠੀਕ ਹੈ ਠੀਕ ਹੈ। ਏਮ ਕੀ ਹੈ ਜੀ ਜ਼ਿੰਦਗੀ ਦਾ, ਕੀ ਬਣੋਗੇ ਵੱਡੇ ਹੋ ਕੇ? ਡਿਜ਼ਾਈਨਰ ਬਣਨਾ ਹੈ। ਡਿਜ਼ਾਈਨਰ, ਠੀਕ ਹੈ ਠੀਕ ਹੈ ਠੀਕ ਹੈ। ਲੋਕਾਂ ਨੂੰ ਡਿਜ਼ਾਈਨ ਕਰਕੇ ਦੋਗੇ ਕੱਪੜੇ? ਨਹੀਂ, ਇੰਟੀਰੀਅਰ ਡਿਜ਼ਾਈਨਰ। ਅੱਛਾ, ਘਰ ਘਰ ਬਾਹਰ, ਠੀਕ ਹੈ। ਜਿਹੜੇ ਘਰੇ ਪਰਦੇ ਪੁਰਦੇ ਹੋਣਗੇ ਪੂਰੇ ਰੱਖ ਦਿਓ ਜੀ, ਕਿਉਂਕਿ ਹੈ ਨਾ ਕਿਤੇ ਘਰ ਦੇ ਪਰਦੇ ਵੀ ਐਨ ਹੋਵੇ ਉੱਚੇ ਜੇ। ਚਲੋ ਠੀਕ ਹੈ, ਥੈਂਕ ਯੂ ਸੋ ਮਚ ਜੀ, ਖੜੋ ਜੀ, ਧੰਨਵਾਦ। ਅੱਛਾ, ਕੁੜੀ ਨੇ, ਕੁੜੀ ਜਿੰਨੀ ਮਰਜ਼ੀ ਸੋਹਣੀ ਹੋਵੇ, ਜਿੰਨੇ ਮਰਜ਼ੀ ਵਧੀਆ ਕੱਪੜੇ ਪਾਏ ਹੋਣ, ਹੈ ਨਾ, ਦਿਮਾਗ ਤੋਂ ਇਹੀ ਹੁੰਦੀ ਤੇ ਇੱਕ ਮਾਈਕ ਨਾਲ ਹੀ ਲੈ ਗਈ। ਨਹੀਂ ਨਹੀਂ, ਉਹ ਸਿਆਣੀ ਹੈ, ਮਾਈਕ ਦੇਗੀ, ਨਾਲ ਹੀ ਦੇਗੀ ਮਾਈਕ, ਪਿਆ ਲੈ। ਹੋਰ ਗੱਲਬਾਤ ਕਰਦੇ ਹਾਂ, ਤੁਸੀਂ ਆਓ ਜੀ ਹੁਣ, ਵਾਹ ਇੱਧਰ ਦੇਖੋ, ਆਓ ਜੀ, ਆਓ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਦੋਂ ਪੰਜਾਬੀ ਹੈ ਨਾ ਅਸੀਂ ਪਿੰਡਾਂ ਵਾਲੇ, ਅਸੀਂ ਜਦੋਂ ਨਹਾ ਕੇ ਆਉਂਦੇ ਹਾਂ, ਸਾਡੇ ਇਹ ਤੋੜੀਆ ਬੰਨਿਆ ਹੁੰਦਾ ਹੈ, ਉਦੋਂ ਅਸੀਂ ਇਹ ਜੇ, ਪਰ ਇਹ ਦੇਖੋ ਜੀ ਫੈਸ਼ਨ ਆ ਗਿਆ ਨਾ ਜੀ। ਹਾਂਜੀ ਹਾਂਜੀ, ਹੈ ਨਾ, ਜੇ ਮੁੰਡਾ ਪਾਵੇ ਤਾਂ ਕਹਿਣਗੇ ਹੋ। ਅੱਛਾ, ਜੇ ਕੁੜੀ ਪਾਵੇ ਫਿਰ ਕਹਿਣਗੇ ਆ। ਕੀ ਨਾਂ ਜੀ ਤੁਹਾਡਾ? ਰੂਹੀ। ਰੂਹੀ, ਠੀਕ ਹੈ। ਰੂਹੀ ਕਿੱਥੇ ਰਹਿੰਦੇ ਹੋ ਜੀ? ਪੰਚਕੁਲਾ। ਪੰਚਕੁਲਾ, ਠੀਕ ਹੈ ਠੀਕ ਹੈ। ਇੱਥੇ ਇੱਥੇ ਕੀ ਪੜ੍ਹਦੇ ਹੋ ਜੀ? ਲਾਅ। ਲਾਅ, ਘਰ ਛੇਤੀ ਛੇਤੀ ਲਾਅ ਮਰ ਜਾਣੀਏ, ਤੂੰ ਫਿਰ ਸਾਡੇ ਕੇਸ ਲੜਨੇ, ਠੀਕ ਹੈ। ਤੇ ਕੀ ਸ਼ੌਂਕ ਨੇ ਤੁਹਾਡੇ? ਸ਼ੌਂਕ, ਹਾਂ, ਮਿਊਜ਼ਿਕ ਸੁਣਨਾ ਪਸੰਦ ਹੈ। ਅੱਛਾ, ਹੁੰਦਾ ਵੀ ਟੀਵੀ ਤੇ ਆਉਣਾ ਹੈ ਨਾ? ਨਹੀਂ, ਸ਼ੌਂਕ ਬਾਲ ਹੈ ਨਾਲ। ਜੇ ਕਦੇ ਵੀ ਮੁੰਡਿਆਂ ਨੇ ਕਰਨੀ ਹੋਵੇ ਨਾ ਗੱਲ, ਮੁੰਡਿਆਂ ਨੂੰ ਕੁਛ ਨਹੀਂ ਪਤਾ ਹੁੰਦਾ ਵੀ ਮੇਰਾ ਆਹ ਐਂਗਲ ਵਧੀਆ ਹੁੰਦਾ ਫੋਟੋ 'ਚ, ਆਹ। ਕੁੜੀਆਂ ਨੂੰ ਪਤਾ ਹੁੰਦਾ ਵੀ ਯਾਰ ਇੱਧਰ ਸੇ ਫੋਟੋ ਲਓ, ਇਹ ਅੱਛਾ ਹੈ। ਪਰ ਦੇਖੋ ਨੈਚੁਰਲ ਬਿਊਟੀ, ਕੱਲ ਦੇ ਨਾਤੇ ਹੋਏ ਅੱਜ ਵੀ ਚਮਕ ਰਹੇ ਆ, ਇਹ ਭਾਵੇਂ ਦੋ ਦੋ ਵਾਰ ਨਾ ਲੈਣ, ਹੈਨਾ, ਇਹ ਉਹੀ ਬਿਊਟੀ ਪਾਰਲਰ ਦੇ ਉੱਤੇ ਮੁੰਡੇ ਮੁੰਡੇ ਆਪ ਲੋਕ ਵੀ ਜਾਂਦੇ ਹੋ? ਆਪ ਲੋਕ ਵੀ ਜਾਂਦੇ? ਅਸੀਂ ਕਿਤੇ ਨਹੀਂ ਜਾਂਦੇ, ਅਸੀਂ ਇਹਨੇ ਕੁਦਰਤੀ ਨਹੀਂ ਦਿਖਾਰ, ਐਸਾ ਕੁਛ ਨਹੀਂ ਹੈ, ਆਪ ਲੋਕ ਵੀ ਜਾਂਦੇ ਹੋ। ਚਲੋ ਕੋਈ ਨਹੀਂ, ਹੋਰ ਸੁਣਾਓ ਜੀ। ਹਾਂਜੀ, ਸ਼ੌਂਕ ਤੁਹਾਡੇ? ਮੁਝੇ ਪਹਿਲਾ ਸ਼ੌਂਕ ਤਾਂ ਆ ਹੀ ਹੈ ਵੈਸੇ, ਐਨੀਮਲਸ ਬਹੁਤ ਪਸੰਦ ਹੈ, ਉਨਕੇ ਸਾਥ ਟਾਈਮ ਸਪੈਂਡ ਕਰਨਾ ਬਹੁਤ ਪਸੰਦ ਹੈ। ਕੁੱਤੇ ਕਾਤੇ ਜੀ? ਹਾਂਜੀ ਬਹੁਤ। ਘਰ ਵਾਲਾ ਭਾਵੇਂ ਭੁੱਖਾ ਮਰਦਾ ਹੋਵੇ ਨਾ, ਵੀ ਕੋਈ ਦੇ ਦੇ ਪੁੱਤਰ ਨੂੰ ਮੈਂ ਪੈਡੀਗਰੀ ਮੁਆ ਮੁਆ।
ਕੁੱਤੇ ਵੀ ਕਮਾਲ ਦੇ ਆ ਵੀ ਇਹਨਾਂ ਦੀ ਗੋਦੀ 'ਚ ਖੁਸ਼ ਰਹਿੰਦੇ ਆ। ਵਾਓ ਵਾਓ। ਕਿਹੜੇ ਕਿਹੜੇ ਐਨੀਮਲ ਰੱਖੇ ਆ ਜੀ? ਡੌਗ ਰੱਖਾ ਹੋਇਆ। ਡੌਗ ਰੱਖਿਆ ਜੀ? ਹਾਂ। ਅੱਛਾ, ਹੋਰ ਜੀ? ਔਰ ਨਹੀਂ, ਔਰ ਕੋਈ ਰੱਖਾ। ਅੱਛਾ, ਬਰਡ ਰੱਖੇ ਤੇ ਉਹ ਚਲੇ ਗਏ। ਅੱਛਾ, ਪੰਛੀ ਰੱਖੇ ਤੇ ਉੱਡ ਗਏ ਜੀ? ਹਾਂਜੀ। ਓਕੇ, ਕਿਹੜੇ ਤੋਤੇ ਸੀਗੇ? ਨਹੀਂ, ਚਿੜੀਆਂ। ਚਿੜੀਆਂ? ਕਬੂਤਰ ਰੱਖੇ? ਓ, ਕਬੂਤਰ ਰੱਖ ਦੇ ਕੁੜੀ ਵਾਲੇ ਵਾਲੇ ਵਾਲੇ। ਚਲੋ ਧੰਨਵਾਦ ਜੀ, ਖੜੋ, ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਵੀਰੇ? ਮੇਰਾ ਨਾਮ ਹੈ ਮਨਹਰ ਸਿੰਘ ਬਾਠ। ਮਨਹਰ ਸਿੰਘ ਬਾਠ ਸਾਹਿਬ? ਹਾਂਜੀ। ਤੇ ਬਾਠ ਸਾਹਿਬ ਕੀ ਸ਼ੌਂਕ ਨੇ ਜੀ? ਬਾਠ ਸ਼ੌਂਕ, ਬਾਠ ਸਾਹਿਬ ਦੇ ਸ਼ੌਂਕ ਹੈ ਜੀ ਗਾਣਾ ਗਾਉਣਾ। ਅੱਛਾ ਅੱਛਾ ਅੱਛਾ। ਤੇ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਣਾ। ਤੇ ਹੁਣ ਤੁਸੀਂ ਕਿਹਾ ਵੀ ਸ਼ੌਂਕ ਗਾਇਕੀ ਦਾ ਜੀ? ਹਾਂਜੀ। ਸੁਣਾਓ ਜੀ ਫਿਰ। ਵੇ ਮਾਈਆ ਤੇਰੇ ਵੇਖਣ ਨੂੰ, ਵੇ ਮਾਈਆ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ। ਵੇ ਮਾਈਆ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ। ਵੇ ਲੋਕਾਂ ਪਾਣੇ ਮੈਂ ਕੱਤਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ। ਵੇ ਲੋਕਾਂ ਪਾਣੇ ਮੈਂ ਕੱਤਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ। ਵੇ ਮਾਈਆ ਤੇਰੇ ਵੇਖਣ ਨੂੰ, ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ। ਬਹੁਤ ਵਧੀਆ, ਬਹੁਤ ਵਧੀਆ। ਅੱਛਾ, ਚੱਕਰੀ ਕਰੋ ਜੀ, ਆ ਜਾਓ ਵੀਰੇ, ਆ ਜਾਓ। ਲਓ ਜੀ ਵੀਰਾ, ਚੱਕਰੀ ਕਰਨ ਲੱਗਾ, ਦੇਖਿਓ। ਚੰਗਾ ਜੀ, ਚੰਗਾ ਵੀਰੇ, ਥੈਂਕ ਯੂ, ਥੈਂਕ ਯੂ। ਆ ਜਾਓ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਹਿੰਦੇ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਿੱਟੀ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਿੱਟੀ, ਐਕਸਟਰਾ ਕਰੀਮ ਲਾ ਕੇ ਦੇਖੋ ਹੋਈ ਪਈ ਹੈ ਚਿੱਟੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਨਹੀਂ ਨਹੀਂ, ਹੱਸਣਾ ਨਹੀਂ, ਵੀ ਸੋਹਣੀ ਲੱਗਦੀ ਹੈ, ਸੋਹਣੀ ਲੱਗਦੀ ਹੈ। ਥੈਂਕ ਯੂ। ਤੁਹਾਡੇ ਕੀ ਸ਼ੌਂਕ ਨੇ ਜੀ? ਮੇਰੀ ਸ਼ੌਂਕ ਹੈ ਐਕਟਿੰਗ। ਐਕਟਿੰਗ ਜੀ? ਥੋੜੀ ਬਹੁਤੀ ਕਰ ਲੈਣੀ ਆ। ਇੱਕ ਥਾਂ ਤੇ ਨਹੀਂ ਖੜਨਾ ਹੈ, ਘੁੰਮਣਾ। ਹਾਂ ਜੀ, ਇਹ ਵੀ ਹੈ ਥੋੜਾ ਬਹੁਤਾ। ਕਿੱਥੇ ਰਹਿੰਦੇ ਹੋ ਜੀ? ਘਰੇ। ਅੱਛਾ, ਬਾਕੀ ਚਿੜੀਆ ਘਰ ਰਹਿੰਦੇ ਜੀ? ਬਾਕੀ ਸ਼ਾਇਦ ਬਾਕੀ ਵੀ ਘਰੇ ਰਹਿੰਦੇ ਜੀ। ਓਕੇ, ਘਰ ਕਿੱਥੇ ਤੁਹਾਡਾ? ਦਿੱਲੀ। ਅੱਛਾ, ਦਿੱਲੀ ਆਏ ਹੋ ਜੀ? ਹਾਂਜੀ। ਲੈ ਵੀ ਉੱਥੇ ਨਹੀਂ ਕੋਈ ਸਮਝ ਆਉਂਦਾ ਵੀ ਮੈਟਰੋ ਹੀ ਬਹੁਤ ਧੱਕਾ ਵੱਜਦਾ। ਤੁਸੀਂ ਮੈਟਰੋ ਹੀ, ਤੁਸੀਂ ਗੱਡੀ ਚੱਲ ਨਾ। ਮੈਂ ਆਮ ਆਦਮੀ ਹਾਂ ਨਾ, ਮੈਟਰੋ ਹੀ ਸਫ਼ਰ ਕਰੂੰਗਾ ਜੀ। ਮੈਟਰੋ ਦੇ ਵਿੱਚ ਮੈਂ ਇੱਕ ਵਾਰ ਹਨਾ ਸਫ਼ਰ ਕੀਤਾ ਜੀ, ਤੁਹਾਨੂੰ ਚੜ੍ਹਨ ਦੀ ਤੇ ਨਾ ਉਤਰਨ ਦੀ ਲੋੜ ਹੈ, ਤੁਹਾਨੂੰ ਐਸਾ ਧੱਕਾ ਵੱਜਦਾ ਆਪ ਹੀ ਬੰਦਾ ਚੜ੍ਹ ਜਾਂਦਾ, ਆਪ ਹੀ ਉਤਰ ਜਾਂਦਾ। ਹੱਸੋ ਨਾ ਯਾਰ, ਦਿੱਲੀ ਵਾਲੇ ਹੈਲਪਫੁੱਲ ਬਹੁਤ ਹੈ, ਹੈਲਪ ਕਰ ਦਿੰਦੇ ਆ। ਨਾੜੇ ਧੱਕਾ ਮਾਰਦੇ, ਕਿੱਥੇ ਜਾਣਾ? ਰਾਜੀਵ ਚੌਂਕ, ਉਹ ਮਾਰਿਆ ਧੱਕਾ। ਫਿਰ ਪੁੱਛਦੇ ਬਾ ਇਹ ਪਹੁੰਚ ਗਿਆ ਬੰਦਾ? ਕਹਿੰਦਾ ਹਾਂਜੀ ਪਹੁੰਚ ਗਿਆ ਜੀ, ਪਹੁੰਚ ਗਿਆ। ਦਿੱਲੀ ਸ਼ਹਿਰ ਵਧੀਆ ਕਿ ਪੰਜਾਬ ਵਧੀਆ ਜੀ? ਦਿੱਲੀ। ਦਿੱਲੀ ਕਿਵੇਂ ਵਧੀਆ ਜੀ? ਲੇਕਿਨ ਦਿਲ ਸਾਡਾ ਪੰਜਾਬੀ ਹੈ। ਅੱਛਾ, ਦਿਲ ਸਾਡਾ ਪੰਜਾਬੀ ਹੈ, ਵੈਸੇ ਆਪ ਦਿੱਲੀ ਗਏ ਹੋ? ਹਾਂਜੀ। ਫਿਰ ਦਿੱਲੀ ਦਿੱਲੀ ਪੰਜਾਬ ਨਾਲੋਂ ਕਿਉਂਕਿ ਕਿਵੇਂ ਵਧੀਆ ਜੀ? ਅੱਛਾ, ਕਿਹੜੀਆਂ ਵਧੀਆ ਚੰਗੀਆਂ, ਕਿਹੜੀਆਂ ਵਧੀਆ ਗੱਲਾਂ ਜੀ ਦਿੱਲੀ ਦੀਆਂ? ਦਿੱਲੀ ਦੀਆਂ ਵਧੀਆ, ਮੈਟਰੋਪੋਲੀਟਨ ਸਿਟੀ ਹੈ। ਮੈਟਰੋ ਤਾਂ ਤੁਹਾਨੂੰ ਦੱਸਦੇ ਧੱਕੇ ਬਹੁਤ ਵੱਜਦੇ ਜੀ। ਹਾਂ ਤੇ ਮੈਟਰੋ ਨਹੀਂ ਹੈ ਇੱਥੇ ਪੰਜਾਬ 'ਚ। ਪੰਜਾਬ ਤਾਂ ਹੀ ਹੈ ਨਹੀਂ, ਮੈਟਰੋ ਦੇ ਸੜਕਾਂ 'ਤੇ ਧੱਕੇ ਮਾਰੀ ਜਾਂਦੇ ਜੀ ਆਪਾਂ, ਹੈ ਕਿ ਨਹੀਂ? ਉੱਥੇ ਸਪੈਸ਼ਲ ਤੁਹਾਨੂੰ ਚੜ੍ਹਨਾ ਪੈਂਦਾ ਧੱਕੇ ਖਾਣ ਲਈ। ਇੱਥੇ ਤੁਸੀਂ ਚੌਂਕ 'ਤੇ ਖੜੋ, ਦੇਖਿਓ ਇੱਥੇ ਰੋਡਵੇਜ਼ ਦੀ ਲਾਰੀ ਆਈ ਤੁਹਾਨੂੰ ਧੱਕਾ ਮਾਰ ਕੇ। ਅੱਛਾ, ਹੋਰ ਦਿੱਲੀ ਦੇ ਕੀ ਫਾਇਦੇ ਹੈ? ਮਤਲਬ ਕਿ ਜੇ ਮੈਂ ਤੁਹਾਨੂੰ ਪੁੱਛਾਂ ਵੀ ਯਾਰ ਮੈਂ ਸ਼ਿਫਟ ਹੋਣਾ ਚਾਹੁੰਦਾ ਦਿੱਲੀ, ਕੀ ਫਾਇਦੇ ਹੈ ਦਿੱਲੀ ਦੇ? ਤੁਸੀਂ ਸ਼ਿਫਟ ਹੋ ਰਹੇ ਮਤਲਬ ਕੋਈ ਤਾਂ ਗੱਲ ਹੋਣੀ ਹੈ ਨਾ ਦਿੱਲੀ 'ਚ? ਨਾ ਮੈਂ ਪੁੱਛ, ਆਵਾਜ਼ ਦੇ ਕੇ ਕਿਹੜੀ ਗੱਲ ਹੋਣੀ ਹੈ ਦਿੱਲੀ 'ਚ? ਮੈਂ ਤੁਹਾਨੂੰ ਪੁੱਛ ਰਿਹਾ ਵੀ ਦਿੱਲੀ ਕਿਉਂ ਸ਼ਿਫਟ ਹੋਵਾਂ? ਦਿੱਲੀ ਹੋਰ ਵੀ ਕਾਫੀ ਚੀਜ਼ਾਂ, ਪੜ੍ਹਾਈ ਵਗੈਰਾ ਵੀ ਵਧੀਆ, ਪੜ੍ਹਾਈ ਇੱਥੇ ਵੀ ਹੈਗੀ, ਫੈਸ਼ਨ ਫੈਸ਼ਨ ਟ੍ਰੈਂਡ ਫੈਸ਼ਨ ਇੱਥੇ ਵੀ ਹੈਗਾ ਜੀ, ਇੰਨਾ ਨਹੀਂ ਹੈ ਦਿੱਲੀ ਵਰਗਾ। ਉੱਥੇ ਬਸ ਤੁਸੀਂ ਢੇਡ ਦਿਖਾ ਦਿੰਦੇ ਹੋ, ਹੋਰ ਕੁਝ ਅਸੀਂ ਨਹੀਂ ਦਿਖਾਉਂਦੇ। ਮੈਂ ਉੱਥੇ ਬਸ ਅੱਧਾ ਕੱਪੜਾ ਇੱਥੋਂ ਚੱਕਦਾ ਜੀ, ਇੱਥੋਂ ਚੱਕਦਾ, ਹੈ ਨਾ, ਇਹ ਦਿੱਲੀ ਹੋ ਗਿਆ ਜੀ। ਹਾਂਜੀ। ਹੋਰ ਕਿਹੜੀ ਗੱਲ ਹੈ ਦਿੱਲੀ ਦੀ? ਹੋਰ ਸਭ ਵਧੀਆ ਹੈ ਦਿੱਲੀ, ਟ੍ਰੈਫਿਕ ਬਹੁਤ ਆ ਉੱਥੇ, ਤੇ ਉਹ ਇੱਥੇ ਵੀ ਹੈ। ਹਾਂਜੀ, ਇੱਥੇ ਵੀ ਹੈ ਪੰਜਾਬ 'ਚ, ਇੱਥੇ ਫਿਰ ਵੀ ਨਿਕਲ ਜਾਂਦਾ, ਦਿੱਲੀ ਵੱਧ ਜੀ ਟ੍ਰੈਫਿਕ, ਹੈ ਨਾ। ਇਹ ਹਾਂਜੀ ਹਾਂਜੀ ਗਈ ਆ, ਗਈ ਹੈ ਕਦੇ? ਅੱਛਾ ਅੱਛਾ ਅੱਛਾ, ਗਏ ਹੋ ਗਈ ਹੈ ਵੀ, ਗਈ ਹੈ। ਤੇ ਕੀ ਸੁਣਾਓਗੇ ਜੀ? ਸੁਣਾਵਾਂ, ਵੈਸੇ ਲਿਖਣ ਦਾ ਵੀ ਸ਼ੌਂਕ ਰੱਖਦੀ ਹਾਂ ਮੈਂ। ਲਿਖਣ ਦਾ ਸ਼ੌਂਕ ਰੱਖਦੀ ਮੈਂ, ਲਿਖ ਸੁਣਾਓ ਜੀ ਕੋਈ ਵੀ। ਜਾਨੋ ਵੱਧ ਪਿਆਰੀ ਯਾਰੀ, ਜਾਨੋ ਵੱਧ ਪਿਆਰੀ ਯਾਰੀ, ਇੱਥੇ ਪਾ ਲਈ ਹੈ ਹਰ ਕਿਸੇ ਦੇ ਨਾਲ ਜੁੜੀ ਖਾਸ ਕਹਾਣੀ ਹੈ। ਡਰ ਲੱਗਦਾ ਦਿਲੋਂ ਨੇੜੇ ਵੱਸਦੇ ਯਾਰ ਨਾ ਵਿਛੜ ਜਾਣਗੇ, ਸੁਪਨੇ ਕਾਲਜ ਦੇ ਆਉਣਗੇ, ਸੁਪਨੇ ਯਾਰਾਂ ਦੇ ਆਉਣਗੇ, ਸੁਪਨੇ ਕਾਲਜ ਦੇ ਆਉਣਗੇ, ਸੁਪਨੇ ਯਾਰਾਂ ਦੇ ਆਉਣਗੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ ਜੀ, ਗੋਡ ਬਲੈਸ ਯੂ। ਹਾਂਜੀ, ਤੁਸੀਂ ਆਓ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ? ਦੀਪਾਕਸ਼ੀ। ਦੀਪਾਕਸ਼ੀ, ਹਾਂਜੀ, ਮੈਂ ਤੁਹਾਨੂੰ ਕੰਘੀ ਲੈ ਕੇ ਦਊਂਗੀ ਜੀ, ਅੜਕਾ ਲਾ ਲਿਓ। ਮੇਰੇ ਪਾਲੀ
ਅੱਧੀ ਨੈਚੁਰਲੀ ਇਦਾਂ ਨੈਚੁਰਲੀ ਇਦਾਂ ਹਾਂ ਕਿਤੇ ਇਹ ਗੁਜਰਾਤੀ ਜਿਹੜੇ ਕਹਿੰਦੇ ਵਧੀਆ ਬੋ ਲੱਗਦੇ ਫਿਰ ਮੈਂ ਅੱਧੀ ਛੱਡ ਨਹੀਂ ਵਧੀਆ ਇਹ ਆਪ ਪਾਈਆਂ ਕੁੰਟਲਾਂ ਕੇ ਅੱਧੀ ਨੈਚੁਰਲੀ ਆ ਨੈਚੁਰਲੀ ਜੰਮਦੇ ਐ ਸੀਗੇ ਜੀ ਹਾਂਜੀ ਅੱਛਾ ਨਹੀਂ ਜੰਮਦੇ ਤਾਂ ਗੰਜੇ ਹੁੰਦੇ ਆ ਜੀ ਮਨ ਕੀ ਜਦੋਂ ਤੁਸੀਂ ਵੱਡੇ ਹੋਏ ਐ ਹੋਏ ਜੀ ਹਾਂਜੀ ਤੇ ਤੁਹਾਡੇ ਕੀ ਸ਼ੌਂਕ ਨੇ ਜੀ ਮੇਰੇ ਸ਼ੌਂਕ ਹਾਂ ਰਮਾਲ ਲਿਆਓ ਵੀ ਪਹਿਲਾਂ ਰਮਾਲ ਦਿਓ ਆਹ ਸ਼ੌਂਕ ਕਿਹੜਾ ਵੀ ਆਹ ਹੈ ਨਾਲੇ ਆਹ ਕੋਈ ਉਂਦੇ ਵਾਲੀ ਚੜ੍ਹਾਈ ਥੋੜ੍ਹੀ ਮੈਂ ਤਾਂ ਹੁਣ ਚੱਕੇ ਨੇ ਜੀ ਰਮਾਲ ਲਿਆਓ ਉਹਨੂੰ ਥੱਲੇ ਕਰੋ ਹਾਂ ਅੱਛਾ ਕੁੜੀਆਂ ਬਾਹਰ ਜੀ ਆਪਾਂ ਇੱਦਾਂ ਦੀ ਗੱਲ ਕਰਦੀਆਂ ਨਾ ਨੱਕ ਨੁੱਕ ਕਾੜੀ ਇਹ ਮਹਿਸੂਸ ਕਰਨਗੀਆਂ ਘਰੇ ਇਹੀ ਕਰਦੀ ਹੁੰਦੀ ਹੈ ਮੈਂ ਨਹੀਂ ਕਰਦੀ ਮੈਂ ਹਾਂ ਮਹਿਸੂਸ ਹੀ ਨਾ ਕਰਨਾ ਬਹੁਤ ਵਧੀਆ ਬਹੁਤ ਵਧੀਆ ਤੇ ਕੀ ਸ਼ੌਂਕ ਨੇ ਜੀ ਸ਼ੌਂਕ ਦੋਸਤਾਂ ਨਾਲ ਖੇਲਣਾ ਖੇਲਣਾ ਉੱਠਣਾ ਬੈਠਣਾ ਕਵਿਤਾਵਾਂ ਲਿਖਣੀਆਂ ਗਾਣਾ ਅੱਛਾ ਜੀ ਐਕਟਿੰਗ ਇੱਕ ਸ਼ੌਂਕ ਆ ਓਕੇ 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 ਐਕਟ ਕੀਤਾ ਕਿਤੇ ਪਲੇ ਵੀ ਕਰਦੇ ਹੁੰਦੇ ਹੋ ਹਾਂਜੀ ਆਪਾਂ ਸਟਰੀਟ ਪਲੇਸ ਕਰਦੇ ਆ ਆਪਾਂ ਇੱਥੇ ਇੱਕ ਟੀਮ ਆ ਨਾਟਕਸ਼ਾਲਾ ਓਕੇ ਜੀ ਤੇ ਸਟਰੀਟ ਪਲੇਸ ਕਰਦੇ ਬਹੁਤ ਵਧੀਆ ਹੈ ਕੀ ਕਹਿਣਾ ਅੱਛਾ ਭੀੜ 'ਚ ਉਹੀ ਬੋਲ ਜਾਂਦੇ ਹੁੰਦੇ ਆਈ ਲਵ ਯੂ ਲਵ ਯੂ ਲਵ ਯੂ ਜਦੋਂ 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 ਸਾਰੀ ਭੀੜ ਚੀਕਾਂ ਮਾਰੇ ਨਾ ਉਹ ਇਹ ਮਗਰ ਹੋਇਆ ਕਹਿੰਦੇ ਲਵ ਯੂ ਲਵ ਯੂ ਲਵ ਯੂ ਉਹ ਭੀੜ ਚੁੱਪ ਕਰ ਜਾਂਦੀ ਹੈ ਲਵ ਯੂ ਸੁਣ ਜਾਂਦਾ ਫਿਰ ਐ ਹੋ ਜਾਂਦੇ ਵੀ ਚਲੋ ਵਧੀਆ ਵਧੀਆ ਤੇ ਹੁਣ ਸਾਨੂੰ ਸੁਣਾਓਗੇ ਕਿ ਕੋਈ ਐਕਟ ਕਰਕੇ ਦਿਖਾਓਗੇ ਜੀ ਅੱਛਾ ਤੁਸੀਂ ਬਣੋ ਮੇਰੇ ਮੰਮੀ ਹਾਂਜੀ ਠੀਕ ਮੈਂ ਤੁਹਾਡਾ ਮੁੰਡਾ ਹਾਂਜੀ ਤੇ ਤੁਸੀਂ ਇੱਕ ਕੁੜੀ ਪਸੰਦ ਕੀਤੀ ਸੀਗੀ ਮੇਰੇ ਵਾਸਤੇ ਅੱਛਾ ਜੀ ਉਹ ਤੁਹਾਨੂੰ ਬਹੁਤ ਪਸੰਦ ਆਣਾ ਮੰਮੀ ਚਾਹੁੰਦੀ ਹੈ ਵੀ ਮੇਰੀ ਪਸੰਦ ਦੀ ਵਿਆਹ ਠੀਕ ਮੈਂ ਚਾਹੁੰਦਾ ਮੈਂ ਵਿਆਹ ਕਰਨੇ ਨਹੀਂ ਚਾਹੁੰਦਾ ਅਜੇ ਅੱਛਾ ਵਿਆਹ ਕਰਨਾ ਨਹੀਂ ਚਾਹੁੰਦੇ ਜਾਂ ਪਹਿਲੀ ਕੋਈ ਕੁੜੀ ਹੈਗੀ ਆ ਇਹ ਮੰਮੀ ਨੂੰ ਕਿਵੇਂ ਪਤਾ ਲੱਗ ਗਿਆ ਯਾਰ ਮੰਮੀ ਨੇ ਮੰਮੀ 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 ਹਾਂ ਨਹੀਂ ਇਹ ਤੁਸੀਂ ਗੱਲਾਂ 'ਚ ਘਟਾਓ ਜੀ ਤੇ ਹਨਾ ਆਪਾਂ ਐਕਟ ਕਰਨੇ ਠੀਕ ਹੈ ਮੈਂ ਘਰੇ ਆਇਆ ਲੇਟ ਤੁਸੀਂ ਇੱਕ ਕੁੜੀ ਪਸੰਦ ਕੀਤੀ ਹੋਈ ਸੀ ਠੀਕ ਹੈ ਜੀ ਚਲੋ ਆ ਜਾ ਪੁੱਤ ਆ ਜਾ ਆ ਗਿਆ ਵਾਰਾ ਗਰਦੀ ਕਰਕੇ ਕਰ ਲਈ ਵਾਰਾ ਗਰਦੀ ਮੈਂ ਤੇਰੇ ਲਈ ਇੱਕ ਸੋਹਣੀ ਜੀ ਕੁੜੀ ਪਸੰਦ ਕੀਤੀ ਆ ਤੇਰੇ ਨਾਲ ਤਾਂ 100 ਦਰਜੇ ਕਰੀ ਆ ਮੈਂ ਤੇਰੇ ਲਈ 10 ਕੁੜੀਆਂ ਪਸੰਦ ਕੀਤੀਆਂ ਪੁੱਤ ਜਿਹੜੀ ਮੈਂ ਲੈਣ ਲਾ ਲਾਂਗੇ ਲੈਣ ਬੇਬੇ ਲੈਣ ਸਵੰਬਰ ਹੂ ਸਵੰਬਰ ਪੁੱਤ ਜਿਹੜੀ ਮੈਂ ਪਸੰਦ ਕੀਤੀ ਨਾ ਤੈਨੂੰ ਕੱਪੜੇ ਪਾਣੀ ਤਾਂ ਸਿਖਾਉਗੀ ਹਾਂ ਥੋੜਾ ਦੇਖ ਨਾਲੇ ਨੂੰ ਸੱਸ ਇੱਕੋ ਜਿਹੀਆਂ ਵਾਲ ਗੋਤਰੀਆਂ ਮੋਤਰੀਆਂ ਵਧੀਆ ਲੱਗਣਗੀਆਂ ਨਾਲੇ ਜੇ ਤੁਸੀਂ ਹਨਾ ਕੱਲ ਨੂੰ ਗੁਰਦੁਆਰੇ ਗਏ ਵਿਆਹ ਗਏ ਜੇ ਤੁਸੀਂ ਜਿਹੜੇ ਥੋੜੇ ਜਿਹੇ ਹੋਰ ਵੱਡੇ ਥੋੜੇ ਜਿਹੇ ਹੋਰ ਵੱਡੇ ਕਰਕੇ ਵੀ ਦੋਨੋਂ ਇੱਕੋ ਜਿਹੇ ਲੱਗੂਗੇ ਤਿੰਨੇ ਫਿਰ ਤਿੰਨੇ ਹੋ ਜਾਣਗੇ ਇੱਕੋ ਜਿਹੇ ਹਨਾ ਮਾਂ ਵੀ ਮੁੰਡਾ ਵੀ ਤੇ ਅੱਗੋਂ ਸੱਸ ਉਹਦੀ ਨੂੰਹ ਵੀ ਨਾਲੇ ਜੇ ਤੁਸੀਂ ਦੋਵੇਂ ਹਨਾ ਇੱਕੋ ਜਿਹੇ ਵਾਲ ਹੋਗੇ ਘੁੰਗਰਾਲੇ ਜੇ ਤੁਸੀਂ ਕਿਤੇ ਵਿਛੜ ਵੀ ਜਾਓ ਕਿਹੜੀ ਆ ਘਰ ਵਾਲੀ ਕਿਹੜੀ ਆ ਮੈਨੂੰ ਹੋਰ ਮੈਨੂੰ ਨਹੀਂ ਪੈਂਦਾ ਲੋਕਾਂ ਨੂੰ ਨਾ ਪੈ ਜੇ ਜੇ ਤੁਸੀਂ ਨਾਲੇ ਹਨਾ ਕਿਤੇ ਧਾਰਮਿਕ ਸਥਾਨ ਤੇ ਗਏ ਕਿਤੇ ਮੇਲੇ ਗਏ ਕਿਤੇ ਹਨਾ ਰਾਸ਼ ਵਾਲੀ ਥਾਂ ਤੇ ਗਏ ਤੁਸੀਂ ਚਾਨੀ ਲੈ ਕੇ ਜਾਵਾਂਗੇ ਗੱਲ ਮੇਰੀ ਵੀ ਸੁਣ ਲੈ ਬੇਬੇ ਸੁਣਾ ਬੱਤ ਸੁਣਾ ਫਿਰ ਜੇ ਤੁਸੀਂ ਵਿਛੜ ਵੀ ਗਈਆਂ ਨਾ ਤੁਸੀਂ ਦੋਵੇਂ ਇੱਕੋ ਜਿਹੇ ਵਾਲ ਵਾਲੀਆਂ ਆਉਣਗੀਆਂ ਸਾਰੇ ਕਹਿਣਗੇ ਵੀ ਉਹ ਦੋ ਇਕੱਠੀਆਂ ਹੀ ਆ ਬਸ ਅਨਾਊਂਸਮੈਂਟ ਕਰਾਉਣ ਦੀ ਪਤਾ ਕਿਵੇਂ ਲੋੜ ਹੈ ਲਓ ਜੀ ਢੀਟ ਸੱਸ ਉਹ ਵਿਛੜ ਗਈ ਨੂੰ ਸੱਸ ਖਾਸ ਗੱਲ ਇਹ ਹੈ ਵੀ ਦੋਨਾਂ ਦੇ ਬੋਧੇ ਇੱਕੋ ਜਿਹੇ ਹੈ ਦੋਨਾਂ ਦੇ ਬੋਧੇ ਘੁੰਗਰਾਲੇ ਆ ਭਾਈ ਸਾਰੀ ਆਡੀਅੰਸ ਨੇ ਥੱਲੇ ਬਹਿ ਜਾਣਾ ਤੁਸੀਂ ਖੜੀਆਂ ਨਹੀਂ ਓਏ 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 ਫਾਇਦਾ ਕਿੰਨਾ ਜੀ ਫਾਇਦਾ ਕਿੰਨਾ ਫਾਇਦਾ ਤਾਂ ਹੈਗਾ ਹਾਂਜੀ ਫਾਇਦਾ ਤਾਂ ਇਹ ਹੈ ਨਾ ਵੀ ਤੁਹਾਡੀ ਘਰ ਵਾਲੀ ਸਮਝ ਕੇ ਮੈਨੂੰ ਹੀ ਕੋਈ ਚੱਕ ਕੇ ਲੈ ਜਾਵੇ ਤੁਹਾਨੂੰ ਜੀ ਹਾਂਜੀ ਯਾਰ ਬੇਬੇ ਆਪਣੇ ਆਪ ਹੀ ਚਕਵਾਉਣ ਨੂੰ ਕਾਲੀ ਹੋਈ ਬਹੁਤ ਹੈ ਬੇਬੇ ਮੈਂ ਬਾਪੂ ਨੂੰ ਵੀ ਨਾਲ ਲੈ ਕੇ ਜਾਊਂ ਜੀ ਕੋਈ ਚੱਕਰ ਨਹੀਂ ਇਕੱਲੇ ਨਹੀਂ ਭੇਜ ਦੇਣਾ ਥੈਂਕ ਯੂ ਸੋ ਮਚ ਜੀ ਗੋਡ ਬਲੈਸ ਯੂ ਇੱਕ ਫੋਟੋ ਖਿੱਚ ਲਾ ਹਾਂਜੀ ਹਾਂਜੀ ਖਿੱਚ ਲਓ ਖਿੱਚ ਲਓ ਧੰਨਵਾਦ ਜੀ ਬਾਬਾ ਜੀ ਮਿਹਰ ਕਰਨ ਆ ਜਾਓ ਬੰਦੇ ਰਮਨਦੀਪ ਸਿੰਘ ਰਮਨਦੀਪ ਕਿੱਥੋਂ ਬਿਲੋਂਗ ਕਰਦੇ ਹੋ ਇੱਥੋਂ ਹੁਸ਼ਿਆਰਪੁਰ ਟਾਂਡੇ ਤੋਂ ਬਿਲਕੁਲ ਤੇ ਸੁਣਾਓ ਬਾਈ ਕੋਈ ਵੀ ਅੱਛਾ ਹੋਬੀਜ਼ ਕੀ ਨੇ ਜੀ ਹੋਬੀਜ਼ ਆਈ ਦੱਸਿਆ ਤੇ ਵੀ ਮਤਲਬ ਘੁੰਮਣਾ ਫਿਰਨਾ ਗਾਉਣਾ ਬਸ ਇਦਾਂ ਦੇ ਸੁਣਾਓ ਫਿਰ ਕੁਝ ਗੀਤ ਗੂਤ ਸੁਣਦੇ ਹੁੰਦੇ ਹੋ ਪਿਆਰ ਟੋੜ ਦੀ ਕਿਤਾਬਾਂ ਰਹਿੰਦੀ ਪੂਰੀ ਤੇ ਸਾਡੇ ਨਾਲ ਗੱਲ ਨਾ ਕਰੇ ਹਾਣੀਓ ਉਹ ਸਾਡੇ ਨਾਲ ਗੱਲ ਨਾ ਕਰੇ ਪਿਆਰ ਟੋੜ ਦੀ ਕਿਤਾਬਾਂ ਰਹਿੰਦੀ ਬੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ ਹਾਣੀਓ ਉਹ ਸਾਡੇ ਨਾਲ ਗੱਲ ਨਾ ਕਰੇ ਉਹ ਅੱਖਾਂ ਮੀਚੀਆਂ ਵਖਾਉਂਦੀ ਛੱਲੇ ਚੀਚੀਆਂ ਚੀਚੀਆਂ ਚੀਚੀਆਂ
ਅੱਖਾਂ ਮੀਚੀਆਂ ਵਖਾਉਂਦੀ ਛੱਲੇ ਚੀਚੀਆਂ ਕੇ ਸਾਰਾ ਦਿਨ ਟੀਚਰਾਂ ਕਰੇ ਪਿਆਰ ਟੋੜਦੀ ਕਿਤਾਬਾਂ ਰਹਿੰਦੀ ਬੋਲਦੀ ਤੇ ਸਾਡੇ ਨਾਲ ਗੱਲ ਨਾ ਕਰੇ ਹਾਣੀਓ ਉਹ ਸਾਡੇ ਨਾਲ ਗੱਲ ਨਾ ਕਰੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਤੁਹਾਡਾ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਹੁਸ਼ਿਆਰਪੁਰ ਤੋਂ ਹੀ ਹਾਂ ਹੁਸ਼ਿਆਰਪੁਰ ਤੋਂ ਹਾਂਜੀ ਕਿਹੜਾ ਕੋਰਸ ਕੀਤਾ ਜੁਆਇਨ ਇੱਥੇ ਇੱਥੇ ਬੀਟੈਕ ਆਈਟੀ ਬੀਟੈਕ ਆਈਟੀ ਹਾਂਜੀ ਇੰਜੀਨੀਅਰਿੰਗ ਵਾਲੇ ਪਾਸੇ ਮਤਲਬ ਕਿ ਘਰ ਦੇ ਨੇ ਪਾਇਆ ਸੀਗਾ ਕਿ ਆਪਣਾ ਦਿਲ ਕੀਤਾ ਜੀ ਦੋਨੋਂ ਹੀ ਹਾਂਜੀ ਵੈਸੇ ਤੁਹਾਡਾ ਏਮ ਕੀ ਹੈ ਜੀ ਸੁਪਨਾ ਸੁਪਨਾ ਸਿੰਗਰ ਬਣਨ ਦਾ ਸੀਗਾ ਉਦਾਂ ਤਾਂ ਸਿੰਗਰ ਜੀ ਹਾਂਜੀ ਅੱਛਾ 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 ਰਿਆਜ਼ ਵੀ ਕਰਦੇ ਹੋਨੇ ਹੋ ਸਕੂਲ ਟਾਈਮ ਤੇ ਬਥੇਰਾ ਕੀਤਾ ਹੁਣ ਇੱਥੇ ਆ ਕੇ ਤਾਂ ਬਿਲਕੁਲ ਹੀ ਛੱਡਤਾ ਆ ਓਹੋ ਕਰਿਆ ਕਰੋ ਜੀ ਹਾਰਮੋਨੀਅਮ ਲੈ ਲਓ ਜੀ ਨਾਲੇ ਵਧੀਆ ਆਪਣਾ ਫ੍ਰੀ ਟਾਈਮ ਰਿਆਜ਼ ਕਰ ਲੈ ਪੇਰੈਂਟਸ ਵੀ ਅਲਾਉ ਕਰਦੇ ਨਾ ਅੱਛਾ ਹਾਂਜੀ ਅੱਜ ਸੁਣਾਓਗੇ ਸਾਨੂੰ ਗੀਤ ਹਾਂਜੀ ਸੁਣਾਓ ਜੀ ਸੁਣਾਓ ਮੈਂ ਪਿਆਰ ਤੋਂ ਵੱਧ ਤੈਨੂੰ ਪਿਆਰ ਕਰਾਂ ਤੈਨੂੰ ਸਜਦਾ ਸੋਹਣੇ ਲੱਖ ਵਾਰ ਕਰਾਂ ਜੇ ਦਿਨ ਨੂੰ ਕਹਿ ਦੇ ਤੂੰ ਰਾਤ ਮਾਹੀ ਵੇ ਮੈਂ ਰਾਤ ਸਮਝ ਐਤਬਾਰ ਕਰਾਂ ਮੈਂ ਤੇਰੇ ਲਈ ਦੁਨੀਆ ਨੂੰ ਛੱਡਿਆ ਤੇਰੇ ਲਈ ਦੂਰ ਆਪਣੇ ਘਰੇ ਵੇ ਮੈਂ ਤੈਨੂੰ ਕਿੰਨਾ ਚਾਹੁੰਦੀ ਹਾਂ ਇਹ ਗੱਲ ਤੇਰੀ ਸੋਚ ਤੋਂ ਪਰੇ ਮੈਂ ਸਾਹ ਬਿਨ ਸਾਰੀ ਹਾ ਸਕਦੀ ਤੇਰੇ ਬਿਨਾਂ ਪਲ ਵੀ ਨਾ ਸਰੇ ਵੇ ਮੈਂ ਤੈਨੂੰ ਕਿੰਨਾ ਚਾਹੁੰਦੀ ਹਾਂ ਇਹ ਗੱਲ ਤੇਰੀ ਸੋਚ ਤੋਂ ਪਰੇ ਬਹੁਤ ਵਧੀਆ ਗਾਇਆ ਜੀ ਥੈਂਕ ਯੂ ਸੋ ਮੱਚ ਚਲੋ ਜੀ ਰੌਣਕਾਂ ਇੱਦਾਂ ਲੱਗਦੀਆਂ ਰਹਿਣਗੀਆਂ ਹੁਸ਼ਿਆਰਪੁਰ ਦੇ ਵਿੱਚ ਆਏ ਹੋਏ ਆ ਬਹੁਤ ਵਧੀਆ ਕੁੜੀਆਂ ਮੁੰਡੇ ਹੈ ਨਾ ਟੈਲੈਂਟ ਵੀ ਹੈਗਾ ਗੱਲਾਂ ਬਾਤਾਂ ਵੀ ਵਧੀਆ ਕਰਦੇ ਆ ਲੜ ਵੀ ਪੈਂਦੀ ਹੈ ਵੈਸੇ ਕੋਈ ਨਾ ਕੋਈ ਪਰ ਚਲੋ ਜੀ ਹੁਣ ਰਿਮੋਟ ਨੂੰ ਹੱਥ ਨਾਲ ਆਇਓ ਮਿਲਦੇ ਆ ਜੀ ਇੱਕ ਛੋਟੇ ਜੇ ਚਲੋ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਅਤੇ ਹੁਸ਼ਿਆਰਪੁਰ ਆਏ ਹੋਏ ਆ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਰੀਜਨਲ ਕੈਂਪਸ ਹੈ ਜੀ ਬੱਚੇ ਬਹੁਤ ਟੈਲੈਂਟਡ ਨੇ ਗੱਲਾਂ ਬਾਤਾਂ ਵਧੀਆ ਹੋਈ ਜਾਂਦੀਆਂ ਤੋਂ ਸੂਟ ਵਾਲੀਆਂ ਬੀਬੀਆਂ ਆ ਗਈਆਂ ਹੁਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਪ੍ਰੀਤੀ ਹੈ ਜੀ ਪ੍ਰੀਤੀ ਪ੍ਰੀਤੀ ਹਰਮਨ ਹਰਮਨ ਜੀ ਹਾਂਜੀ ਤੁਹਾਡੇ ਕੀ ਸ਼ੌਂਕ ਨੇ ਜੀ ਖੇਲਣਾ ਵਗੈਰਾ ਬੈਡਮਿੰਟਨ ਅੱਛਾ ਜੀ ਹਾਂਜੀ ਬੈਡਮਿੰਟਨ ਪਲੇਅਰ ਹੋ ਜੀ ਪਲੇਅਰ ਨਹੀਂ ਜਿੱਦਾਂ ਖੇਲਦੀ ਹਾਂ ਮੈਂ ਘਰੇ ਇੱਥੇ ਸ਼ਾਮ ਨੂੰ ਬੈਠ ਹੀ ਲੱਗ ਗਿਆ ਹਾਂਜੀ ਹੈਲੋ ਹਾਂ ਸਵਾ ਕੁ ਪੰਜ ਵਜੇ ਆਈ ਪੰਜ ਵਜੇ ਖੇਡਣਾ ਸ਼ੁਰੂ ਕਰ ਦੇਣੀ ਐਵੇਂ ਨਾਲ ਹੀ ਬੰਦਾ ਗਿੱਡੀਆਂ ਗੁੱਡੀਆਂ ਮਾਰਦਾ ਰਹਿੰਦਾ ਨਾਲ ਹੀ ਇਹ ਨਾਲੇ ਬੈਡਮਿੰਟਨ ਨਾਲੇ ਬੈਡਮਿੰਟਨ ਮੁੰਡੇ ਦਾ ਵੀ ਹੁੰਦਾ ਹੈ ਵਧੀਆ ਰਹਿੰਦੇ ਕੰਮ ਐਂ ਹੁੰਦਾ ਨਹੀਂ ਮੇਰੇ ਮੇਰੇ ਕੇਸ ਐਂ ਸੀਗਾ ਜੀ ਜਦੋਂ ਮੈਂ ਛੋਟਾ ਹੁੰਦਾ ਸੀਗਾ ਮੈਂ ਉਹਨੂੰ ਸੱਦ ਲੈਣਾ ਵੀ ਤੂੰ ਬੈਡਮਿੰਟਨ ਬੈਡਮਿੰਟਨ ਖੇਡੀ ਜੀ ਉਹਦੇ ਡੈਡੀ ਨੂੰ ਵੀ ਨਹੀਂ ਪਤਾ ਲੱਗਣਾ ਉਹਦੇ ਡੈਡੀ ਕਹਿਣਾ ਬੱਚੇ ਖੇਡ ਰਹੇ ਹਨਾ ਉਹ ਬੱਚੇ ਖੇਡੀ ਜਾਣੇ ਇੱਧਰ ਬੱਚੇ ਨੇ ਵੀ ਖੇਡੀ ਜਾਣਾ ਨਾਲ ਕੀ ਸੁਣਾਓਗੇ ਜੀ ਪੰਜਾਬੀ ਲੋਕ ਗੀਤ ਸੁਣਾਓਗੀ ਸੁਣਾਓ ਜੀ ਸੁਣਾਓ ਸੁਣਾਓ ਤੁਸੀਂ ਵੀ ਨਾਲ ਹੀ ਜੀ ਨਹੀਂ ਮੈਂ ਸਿਰਫ ਤਾੜੀ ਮਾਰਨੀ ਨਾ ਅੱਛਾ ਸਿਰਫ ਤਾੜੀ ਮਾਰਨੀ ਹਾਂਜੀ ਇੰਨੀ ਟੌਰ ਕੱਢੀ ਨਵਾਂ ਸੂਟ ਪਾਇਆ ਤਾੜੀ ਵੀ ਮਾਰਨੀ ਮੈਨੂੰ ਪਤਾ ਨਹੀਂ ਸੀਗਾ ਨਾ ਤੁਸੀਂ ਆਣਾ ਅੱਛਾ ਅੱਛਾ ਫਿਰ ਪ੍ਰਪੇਅਰ ਕਰ ਲੈਂਦੇ ਚਲੋ ਠੀਕ ਹੈ ਚਲੋ ਗਾਓ ਤੁਸੀਂ ਗਾਓ ਜੀ ਹਰਮਨ ਜੀ ਮੱਖਣ ਤੇ ਸੰਧੂਰ ਰੰਗ ਮਈਏ ਦਾ ਸ਼ਾਵਾ ਰੰਗ ਮਈਏ ਦਾ ਮੱਖਣ ਤੇ ਸੰਧੂਰ ਰੰਗ ਮਈਏ ਦਾ ਸ਼ਾਵਾ ਰੰਗ ਮਈਏ ਦਾ ਇੱਕ ਮੇਰੀ ਸੱਸ ਨੀ ਬੁਰੀ ਮੇਰੀ ਸੱਸ ਨੀ ਬੁਰੀ ਸਾਥੋਂ ਮਾਤਾ ਜੀ ਅਖਵਾਵੇ ਮੂੰਹੋਂ ਬੁੜੀਏ ਨਿਕਲ ਜਾਵੇ ਰੰਗ ਮਈਏ ਦਾ ਮੱਖਣ ਤੇ ਸੰਧੂਰ ਰੰਗ ਮਈਏ ਦਾ ਥੈਂਕ ਯੂ ਬਹੁਤ ਵਧੀਆ ਗਾਇਆ ਜੀ ਅੱਛਾ ਤੁਸੀਂ ਗਾਇਆ ਤਾਂ ਹੈ ਨਹੀਂ ਜੀ ਤੁਸੀਂ ਮੈਂ ਕਿਹਾ ਗਾਇਆ ਤਾਂ ਹੈ ਨਹੀਂ ਹੁਣ ਤੁਹਾਡੇ ਨਾਲ ਐਕਟ ਕਰੂੰਗਾ ਮੈਂ ਤੁਸੀਂ ਪੜ੍ਹਾਉਣਾ ਜੀ ਤੁਸੀਂ ਪੜ੍ਹਾਉਣ ਲੱਗ ਗਏ ਇਸੇ ਕਾਲਜ ਦੇ ਵਿੱਚ ਕਿਹੜਾ ਸਬਜੈਕਟ ਤੁਹਾਨੂੰ ਵਧੀਆ ਲੱਗਦਾ ਜੀ ਨਾ ਹੁਣ ਜੇ ਤੁਹਾਨੂੰ ਅਗਲੇ ਟੀਚਰ ਰੱਖ ਹੀ ਲੈਣ ਕੀ ਪੜ੍ਹਾਉਂਗੇ ਕੁਛ ਵੀ ਨਹੀਂ ਇੰਜੋਏ ਸਟੂਡੈਂਟਸ ਹਾਂ ਇੰਜੋਏ ਅੱਛਾ ਅੱਛਾ ਤਾਂ ਠੀਕ ਹੈ ਫਿਰ ਤੁਹਾਨੂੰ ਇਹੀ ਰੱਖ ਲਿਆ ਵੀ ਤੁਸੀਂ ਬੱਚਿਆਂ ਦੀ ਨਾ ਆਪਣਾ ਮੋਟੀਵੇਸ਼ਨ ਲੈਵਲ ਵਧਾਉਣਾ ਹੈ ਨਾ ਬੱਚਿਆਂ ਦੇ ਅੰਦਰ ਕੌਨਫੀਡੈਂਸ ਹਨਾ ਗਰੋ ਅਪ ਕਰਨਾ ਜੀ ਬੱਚਿਆਂ ਦੇ ਅੰਦਰ ਤੁਹਾਨੂੰ ਰੱਖਿਆ ਇਸ ਕਰਕੇ ਗਿਆ ਤੁਹਾਨੂੰ ਸਬਜੈਕਟ ਕੋਈ ਦਿੱਤਾ ਨਹੀਂ ਇੱਦਾਂ ਕਿੱਦਾਂ ਕੋਈ ਸਬਜੈਕਟ ਨਹੀਂ ਦਿੱਤਾ ਕੁਝ ਪੜਾਉਣਾ ਨਹੀਂ ਲੈ ਜ਼ਰੂਰੀ ਥੋੜੀ ਨਾ ਹੈਗਾ ਆ ਨਹੀਂ ਤੁਹਾਨੂੰ ਹੁਣ ਤੁਹਾਨੂੰ ਇੱਥੇ ਮੈਡਮ ਲੱਗ ਗਈ ਤੁਸੀਂ ਹਾਂ ਤੁਹਾਨੂੰ ਕਲਾਸ ਦੇਤੀ ਵੀ ਆਹ ਕਲਾਸ ਪੜਾਉਣੀ ਹੈ ਜੀ ਮੇਰਾ ਪਹਿਲਾ ਦਿਨ ਹੈ ਅੱਜ ਮੈਂ ਕਲਾਸ ਦੇ ਵਿੱਚ ਹਨਾ ਮੈਂ ਸਮਝ ਲਓ ਪੰਜਾਬੀ ਦੀ ਟੀਚਰ ਪੰਜਾਬੀ ਹਾਂ ਆਓ ਪੰਜਾਬੀ ਮੈਂ ਅੰਗਰੇਜ਼ੀ ਥੋੜੀ ਪੜਾਉਂਦੀ ਚਲੋ ਚਲੋ ਪੰਜਾਬੀ ਇਨਸਲਟ ਨਾ ਕਰੋ ਸਾਡੇ ਕਾਲਜ ਆਏ ਆ ਤੁਸੀਂ ਠੀਕ ਹੈ ਨਾ ਨਹੀਂ ਇਹਨਾਂ ਨੂੰ ਬਹੁਤ ਇੰਗਲਿਸ਼ ਆਉਂਦੀ ਹੈ ਹਾਂ ਇੰਗਲਿਸ਼ ਦੇ ਪ੍ਰੋਫੈਸਰ ਨੇ ਸ਼ੋਅ ਨਹੀਂ ਕਰੀਦੀ ਬਸ ਆਪਣੀ ਇੰਗਲਿਸ਼ ਅਸੀਂ ਹਾਂ ਸ਼ੋਅ ਨਹੀਂ ਕਰਨੀ ਜੀ ਹਾਂ ਹਾਂ ਜੀ ਉਹਨੇ ਕੀ ਰੱਖਣੀ ਹੈ ਜੀ ਹਾਂ ਚਲੋ ਠੀਕ ਹੈ ਜੀ ਤੁਸੀਂ ਪੜਾਉਣਾ ਜੀ ਹੁਣ ਮੈਂ ਤਾਂ ਕਲਾਸ ਦਾ ਲੈ ਕੇ ਜੀ ਆ ਜਾ ਹੁਣ ਕਲਾਸ 'ਚ ਇੱਕ ਬਾਹਰ ਹੀ ਖੜਾ ਰਹਿਣਾ ਤੇਰਾ ਵੀ ਨਲਾਇਕ ਕਹਿੰਦਾ ਜੀ ਲੱਗਦਾ ਨਹੀਂ ਮੈਡਮ ਇਹ ਸਾਡੇ ਵਰਗੇ ਨਲਾਇਕ ਸਾਨੂੰ ਜ਼ਿਆਦਾ ਪਸੰਦ ਆ ਨਲਾਇਕ ਤਾਂ ਪਸੰਦ ਹੀ ਹੁੰਦੇ ਸਾਰਿਆਂ ਨੂੰ
ਪੜ੍ਹਾਈ ਪੜ੍ਹਾਈ ਵਾਲਾ ਐਵੇਂ ਬੋਰ ਮੀਟਾ ਪੀ ਕੇ ਪੜ੍ਹਦੇ ਪੜ੍ਹਦੇ ਰਹਿੰਦੇ ਆ, ਨਲਾਇਕਾਂ ਨੂੰ ਵੀ ਪਤਾ ਹੁੰਦਾ ਵੀ ਇਹ ਚੈਟ ਕਿਵੇਂ ਕਰਨੀ ਹੈ, ਕਿਵੇਂ ਮੋਬਾਈਲ ਨੂੰ ਵੇਖਣੇ। ਅੱਛਾ ਜੀ, ਕਿਵੇਂ ਨਲਾਇਕਾਂ, ਮੈਂ ਵੀ ਐਂ ਕਰਦਾ ਸੀ ਆ ਜਿਹੜੀ ਸੀ। ਹਾਂਜੀ ਮੈਡਮ ਜੀ ਆ ਗਿਆ ਜੀ। ਚਲੋ ਫਿਰ ਕੰਮ ਕੀਤਾ। ਹਾਂਜੀ ਕੰਮ ਕੀਤਾ ਜਿਹੜਾ ਕਿਹਾ ਸੀ ਕਰੋ। ਮੇਰੇ ਕੰਨ ਸਾਫ ਹੈ ਜੀ, ਦੂਰੋਂ ਵੀ ਸੁਣ ਸਕਦਾ, ਤੁਸੀਂ ਥੋੜਾ ਦੂਰ ਹੋ ਜਾਓ। ਇਹ ਮੈਡਮ ਨਹੀਂ ਦੂਰ ਹੁੰਦੀ, ਇਹ ਲਾਗੇ ਹੀ ਹੁੰਦੀ। ਨਲਾਇਕ ਨਹੀਂ ਹੋਣਾ ਪੈਣਾ ਦੂਰ, ਨਲਾਇਕ ਹੀ ਦੂਰ। ਠੀਕ ਹੈ, ਕਿਉਂ ਕੀ ਗੱਲ ਮੈਡਮ ਪਸੰਦ ਨਹੀਂ ਆਈ? ਹਾਂਜੀ ਮੈਡਮ ਪਸੰਦ ਨਹੀਂ ਆਈ। ਹੋਰ ਮੈਡਮ ਬਹੁਤ ਹੈ ਜੀ। ਅੱਛਾ ਜੀ, ਲੈਂ ਚ ਲੱਗਣਾ ਬੜਾ ਲੈਂ ਚ। ਹੋਰ ਮੈਡਮ ਬਹੁਤ ਹੈ, ਵੀ ਐਸੀ ਮੈਡਮ ਨੂੰ ਕਿਉਂ ਚੁਣਿਆ ਇੰਨੀ ਕੁੜੀਆਂ ਜੋ ਕਿ ਤੁਸੀਂ ਮੈਡਮ ਬਣੋ? ਕਾਲਜ ਨੇ ਚੁਣਿਆ ਜੀ, ਕਾਲਜ ਨੇ। ਹਾਂਜੀ ਤੁਸੀਂ ਆ ਕੇ ਕਿਹਾ ਤੁਸੀਂ ਆ ਕੀ ਕਿਹਾ ਵੀ ਪੜਾਓ? ਹਾਂਜੀ ਅੱਛਾ ਅੱਛਾ, ਨਾ ਤੁਸੀਂ ਕਿਹਾ ਵੀ ਮੈਂ ਪੰਜਾਬੀ ਪੜਾਉਣੀ ਆ। ਹਾਂ ਮੈਂ ਤਾਂ ਤੁਹਾਨੂੰ ਇੱਕ ਪਹਿਲਾਂ ਤੁਸੀਂ ਕਿਹਾ ਕਿ ਮੇਰੇ ਟੀਚਰ ਬਣਾ, ਮੈਂ ਤੁਹਾਡਾ ਸਟੂਡੈਂਟ ਆ, ਫਿਰ ਤੁਸੀਂ ਦੱਸੋ ਤੁਸੀਂ ਕਿਹਾ ਚੁਣਿਆ? ਮੈਂ ਤਾਂ ਉਹੀ ਚੁਣ ਲਿਆ ਜੀ, ਮੈਨੂੰ ਕੀ ਪਤਾ ਇੰਨਾ ਦਿਮਾਗ ਆਊਗੀ। ਉਹ ਤਾਂ ਨਾ ਵੀ ਬੀਬੀ ਜੀ, ਚਲੋ ਵਧੀਆ ਲੱਗਿਆ ਜੀ ਗੱਲਬਾਤ ਕਰਕੇ, ਖੁਸ਼ ਰਹੋ ਜੀ, ਗੋਡ ਬਲੈਸ ਯੂ, ਤੇ ਬਾਈ ਬਹੁਤ ਦਿਮਾਗ ਖਾਂਦੇ ਵੀ ਕੁੜੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ? ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ, ਹਾਂਜੀ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਇੱਥੋਂ ਜੀ, ਹੁਸ਼ਿਆਰਪੁਰ ਤੋਂ ਜੀ। ਹੁਸ਼ਿਆਰਪੁਰ ਤੋਂ, ਹਾਂਜੀ। ਤੇ ਕੀ ਸੁਪਨਾ, ਕੀ ਕਿੰਨਾ ਨੰਬਰ ਹੈ ਅਣਕ ਦਾ? ਹਾਂਜੀ ਇਹ 1.5 ਨੰਬਰ। ਬੱਲੇ ਬੱਲੇ ਬੱਲੇ, ਟੋਪਰ ਹੋ ਜੀ? ਤੁਹਾਨੂੰ ਕਿੱਦਾਂ ਪਤਾ ਲੱਗਾ? ਉਹ ਪਤਾ ਹੀ ਹੁੰਦਾ ਟੋਪਰ ਦਾ, ਐਣਕ ਉਣਕ ਲੱਗੀ ਹੁੰਦੀ ਹੈ, ਸਿਆਣੇ ਜੀ ਹਨਾ, ਬਲ ਬਲ ਆਈ ਦੇ। ਹਾਂਜੀ ਐਡੇ ਸਿਆਲੇ ਵੀ ਨਹੀਂ ਹੈਗੇ। ਕਿੰਨੇ ਕੋਈ ਫਿਰ? ਮੀਡੀਅਮ ਜੀ। ਮੀਡੀਅਮ ਜੀ ਹਨਾ, ਠੀਕ ਠੀਕ ਜੀ। ਸ਼ਰਾਰਤਾਂ ਵੀ ਕਰ ਲਈਆਂ ਕਦੇ ਕਦੇ? ਹਾਂਜੀ ਹਾਂਜੀ, ਪੂਰੀਆਂ। ਤੇ ਕੀ ਸੁਣਾਓਗੇ ਜੀ ਸ਼ੌਂਕ? ਸ਼ੌਂਕ ਜੀ ਫਿਲਮਾਂ ਫੁਲਮਾਂ ਦੇਖਣੀਆਂ, ਗਾਣੇ, ਤੇ 8-10 ਦਿਨਾਂ ਬਾਅਦ ਨਹਾਉਣਾ। 8-10 ਦਿਨਾਂ ਬਾਅਦ? ਬਹੁਤ ਵਧੀਆ ਡੋਪਰ ਸਾਹਿਬ, ਬਹੁਤ ਵਧੀਆ ਡੋਪਰ ਸਾਹਿਬ। ਮੈਂ ਵੀ ਕਹਾਂ ਮੁਸ਼ਕ ਜੀ ਆਈ ਹੈ, ਮੈਨੂੰ ਨਹੀਂ ਪਤਾ ਜੀ ਇੱਥੇ ਆਈ ਹੈ। ਤੁਹਾਨੂੰ ਪਿਆਰ ਦੀ ਮੁਸ਼ਕ ਆਈ ਹੈ? ਪਿਆਰ ਦੀ ਮੁਸ਼ਕ ਕਿਹੜੀ ਹੁੰਦੀ ਆ ਓਏ? ਉਹੀ ਹੈ ਹਾਸੀਆਂ ਖੇਡੀਆਂ। ਇਹ ਟੋਪਰ ਨੇ, ਤੇ ਕੀ ਸੁਣਾਓਗੇ ਜੀ? ਬਸ ਜੀ ਇੱਕ ਗਾਣਾ ਸੁਣਾ ਦਿੰਦੇ ਹਾਂ। ਆਉਣ ਦੋ ਵੀਰੇ। ਤੂੰ ਰੋਏਂਗਾ, ਉਹ ਤਾਂ ਰਹੂਗਾ ਯਾਰ, ਇੰਨੀ ਮੁਸ਼ਕ ਆਉਂਦੀ ਹੈ, ਰਹੂਗਾ ਜੀ ਉਹ। ਤਾਂ ਹੀ ਕਹਿੰਦਾ ਵੀ ਰੋਜ਼ ਨਾ ਆਇਆ ਕਰ, ਫੇਰ ਨਹੀਂ ਰੋਂਦਾ। ਤੂੰ ਰੋਏਂਗਾ ਪਛਤਾਏਂਗਾ, ਹੱਥ ਕੰਨਾਂ ਨੂੰ ਲਾਏਗਾ, ਦਿਨ ਵਿੱਚ ਹੀ ਦਿਸੂ ਹਨੇਰਾ। ਹੁਣ ਪਤਾ ਕੀ, ਕੁੜੀ ਵੱਲੋਂ ਗਾਓ, ਤੁਸੀਂ ਕੁੜੀ ਨੂੰ ਗਾਓ ਵੀ ਤੂੰ ਰੋਏਂਗੀ, ਤੂੰ ਰੋਏਂਗੀ ਪਛਤਾਏਂਗੀ, ਕਿਉਂਕਿ ਮੇਰੇ ਕੋਲੋਂ ਮੁਸ਼ਕ ਆਏਗੀ। ਚਲੋ ਸੁਣਾਓ ਸੁਣਾਓ ਵੀਰੇ, ਤੰਗ ਕਰਦਾ ਜੀ। ਤੂੰ ਰੋਏਂਗਾ, ਨਾ ਰੋਏਂਗੀ ਯਾਰ, ਕੁੜੀ ਨੂੰ ਕਹਿ ਤੂੰ ਰੋਏਂਗੀ ਪਛਤਾਏਂਗੀ, ਹੱਥ ਕੰਨਾਂ ਨੂੰ ਲਾਏਂਗੀ, ਦਿਨ ਵਿੱਚ ਹੀ ਦਿਸੂ ਹਨੇਰਾ। ਦੇਖੂਗਾ ਸੁਣਾ ਵੇ ਚਾਰ ਚਫੇਰਾ, ਯਾਦ ਮੇਰੀ ਨੇ ਯਾਰਾ, ਤੈਨੂੰ ਪਾ ਲੈਣਾ ਏ ਘੇਰਾ, ਜੇ ਤੂੰ ਮੁੜ ਕੇ ਨਾ ਮੇਰੇ ਕੋਲ ਆਇਆ। ਉਹ ਨਹੀਂ ਆਉਂਦੀ ਯਾਰ, ਉਹ ਨਹੀਂ ਆਉਗੀ, ਉਹਨੇ ਨਾਂ ਬਦਲ ਲੈਣਾ ਤੇਰਾ। ਲੈ ਬਦਲੂਗੀ ਲਾ, ਕੀ ਨਾਂ ਕੀ ਹੈ? ਮਨਪ੍ਰੀਤ ਸਿੰਘ। ਮੁਸ਼ਕੀ ਰੱਖ ਦੂ ਮੁਸ਼ਕੀ ਨਾ ਵੀਰੇ, ਮਜ਼ਾਕ ਕਰਦਾ ਤੰਗ ਕਰਨਾ ਜੀ। ਵਧੀਆ ਜੀ, ਕੋਈ ਨੀ ਕੋਈ ਨੀ, ਚਲੋ ਠੀਕ ਹੈ ਵੀਰੇ, ਥੈਂਕ ਯੂ ਸੋ ਮਚ ਜੀ, ਖੜੋ ਜੀ ਖੜੋ, ਗੋਡ ਬਲੈਸ ਯੂ ਜੀ। ਹਾਂਜੀ ਪੁੱਛੋ, ਪੁੱਛਣਾ ਹੈ ਜੀ, ਕੀ ਪੁੱਛਣਾ ਆਪਣੇ ਪੁੱਛੇ? ਮੈਂ ਕਰੋ, ਤੁਸੀਂ ਕੀ ਪੇਸ਼ ਕਰੋਗੇ ਜੀ? ਗਾਣਾ ਮੈਂ ਗਾਣੀ ਸੁਣਾਉਣਾ, ਗਲਾ ਖਰਾਬ ਹੈ। ਓਕੇ, ਹੋਰ ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਕ ਹੈ, ਪੁਸ਼ਪਸ ਮਾਰ ਸਕਦਾ। ਹਾਂਜੀ ਪੁਸ਼ਪਸ ਡੰਡ। ਹਾਂ ਓਕੇ ਓਕੇ ਓਕੇ, ਕੋਈ ਗੱਲਬਾਤ ਵੀ ਕਰੋ ਨਹੀਂ ਸਾਡੇ ਨਾਲ, ਗੱਲ ਪੁੱਛੋ। ਕਾਲਜ ਦੀ ਗੱਲਬਾਤ ਸੁਣਾਓ, ਕਾਲਜ ਦੀਆਂ ਕੁੜੀਆਂ ਬਹੁਤ ਹਨਾ, ਮੈਡਮ ਹੋਰੀ ਬਹੁਤ ਬੋਲੇ ਨੇ, ਉਹ ਵੀ ਇੱਕ ਬਹੁਤ ਬੋਲਦੀ ਸੀ, ਕਿਵੇਂ ਟੈਕਲ ਕਰਦੇ ਹੋ? ਬਹੁਤ ਬੋਲਦੀਆਂ ਕੁੜੀਆਂ ਕਾਲਜ, ਐਕਚੁਅਲੀ ਜਿਹੜੀ ਕੁੜੀ ਪਸੰਦ ਹੁੰਦੀ ਨਾ, ਪਹਿਲੀ ਬਾਇਫਰੈਂਡ ਹੁੰਦਾ। ਅੱਛਾ, ਸਿੰਗਲ ਨਹੀਂ ਹੁੰਦੀ ਫਿਰ ਫਾਇਦਾ ਨਹੀਂ ਗੱਲ ਕਰਨ ਦਾ। ਅੱਛਾ ਜੀ, ਅੱਛਾ ਸੀਗੀ ਪਹਿਲਾਂ ਪਸੰਦ ਤੇ ਚਲੀ ਗਈ? ਅੱਛਾ, ਫੋਰਥ ਤੇ ਸੀਨੀਅਰ ਸੀਗੀ। ਹੋਰ ਬਹੁਤੀਆਂ ਕੁੜੀਆਂ ਇਹ ਵੀ ਸੋਚਦੀ ਹੋਣੀ ਵੀ ਇਹ ਤਾਂ ਹਜੇ 8ਵੀਂ ਜੀ ਹੈ। ਹਾਂ ਹੋ ਸਕਦਾ, ਮੋਸ਼ਨ ਰੱਖੀ ਨਾ, ਮੋਸ਼ਨ ਜੇ ਬਾਈ। ਹਾਂ ਮੋਸ਼ਨ ਰੱਖੀ, ਕੱਦ ਤਾਂ ਸੁੱਖਣਾ 6 ਫੁੱਟ ਹੀ ਹੈ। ਨਹੀਂ 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 ਨਹੀਂ, ਮੋਸ਼ਨ ਆ ਚੁੱਕੀ ਫਿਰ। ਹਾਂ ਜਦੋਂ ਮੋਸ਼ ਆ ਗਈ ਫਿਰ ਸਹੀ ਗੱਲ ਹੈ। ਤੇ ਹੁਣ ਕੀ ਇੱਕ ਸ਼ਾਇਰੀ ਹੈ ਮੇਰੇ ਪਾਸ, ਸ਼ਾਇਰੀ ਪਹਿਲਾਂ ਹੀ ਅੜੀ ਜਾਂਦੀ। ਅੱਛਾ ਸੁਣਾਓ ਸੁਣਾਓ, ਕੁੜੀਆਂ ਵਾਸਤੇ ਆ? ਕੁੜੀਆਂ ਲਈ ਸ਼ਾਇਰੀ ਹੈ ਯਾਰ, ਸ਼ੀਸ਼ੇ 'ਚੋਂ ਦੇਖਦਾ ਮੈਨੂੰ ਕਿ ਉੱਪਰੋਂ ਦੇਖਦਾ, ਮੈਨੂੰ ਇਹ ਨਹੀਂ ਸਮਝ ਆ ਰਿਹਾ। ਨਹੀਂ ਨਹੀਂ ਨਹੀਂ, ਤੂੰ ਇਹ ਦੇਖਦਾ ਅੱਧਾ, ਮੈਂ ਕਦੇ ਉੱਪਰ ਹੋਣਾ ਕਦੇ ਥੱਲੇ ਹੋਣਾ? ਨਹੀਂ ਨਹੀਂ, ਦੇਖ ਆਪ ਕਹਾਂ ਸੇ ਦੇਖ ਰਹੇ ਹੋ? ਸ਼ੀਸ਼ੇ ਮੇ ਸੇ? ਸ਼ੀਸ਼ੇ ਮੇ ਦੇਖ ਰਹੇ ਹੋ? ਓਕੇ ਓਕੇ, ਬਰੇ ਰਹੇ ਨਾ ਕਰ ਯਾਰ, ਐਰ ਕਦੇ ਨੀਚੇ, ਐਰ ਨੀਚੇ ਗਿਰ ਰਹੀ, ਨੀਚੇ ਗਿਰ ਰਹੀ, ਐਰ ਨੀਚੇ ਗਿਰ ਰਹੀ, ਮੈਂ ਕਹਿ ਹਾਂ ਨੂੰ ਤਾਂ ਰੱਖ, ਉਤਾਰ ਦੇ ਬੰਦਾ, ਐ ਕਰਦਾ ਪਤਾ ਨਹੀਂ ਲੱਗਦਾ ਵੀ ਕੀ ਹੋ ਰਿਹਾ। ਚਲੋ ਠੀਕ ਹੈ, ਚਲ ਠੀਕ ਹੈ, ਸ਼ੀਸ਼ੇ ਦੇਖਦਾ ਹੈ। ਸ਼ਾਇਰੀ? ਹਾਂਜੀ ਸ਼ਾਇਰੀ ਆਣ ਦੇ। ਪੱਤਾ ਹੂ ਤਾਸ਼ਕਾ ਪੱਤਾ, ਅਬੇ ਉਹ ਕੈਮਰੇ ਵਿੱਚ। ਚਲ ਸ਼ਾਬਾਸ਼, ਮੂੰਹ ਦਿੰਦਾ ਨਹੀਂ ਕਰਨਾ। ਪੱਤਾ ਹੂੰ ਤਾਸ਼ਕਾ, ਪੱਤਾ ਹੂੰ ਤਾਸ਼ਕਾ, ਸੁਣੋ ਵੀ ਸ਼ਾਇਰੀ ਸੁਣੋ। ਪੱਤਾ ਹੂੰ ਤਾਸ਼ਕਾ, ਪੱਤਾ ਹੂੰ ਤਾਸ਼ਕਾ, ਚੱਲ ਮੇਰੇ, ਪੱਤਾ ਹੂੰ ਤਾਸ਼ਕਾ, ਨੌਕਰ ਮਤ ਸਮਝਣਾ। ਪੱਤਾ ਹੂੰ ਤਾਸ਼ਕਾ, ਨੌਕਰ ਮਤ ਸਮਝਣਾ, ਨੌਕਰ ਮਤ ਸਮਝਣਾ। ਆਸ਼ਿਕ ਹੂੰ ਤੇਰੇ ਪਿਆਰ ਕਾ, ਆਸ਼ਿਕ ਹੂੰ ਤੇਰੇ ਪਿਆਰ ਕਾ, ਜੋਕਰ ਮਤ ਸਮਝਣਾ। ਉਹ ਜੋਕਰ ਸਮਝੀ ਸੀਗੀ? ਹਾਂ ਜੋਕਰ ਸਮਝੀ ਸੀਗੀ, ਸਹੀ ਗੱਲ। ਓਕੇ ਓਕੇ ਓਕੇ,
ਠੀਕ ਹੈ ਠੀਕ ਹੈ ਮੂਛ ਰੱਖ ਲਓ ਫਿਰ ਥੋੜੀ ਜੀ ਰੱਖਣੀ ਪੈਣੀ ਰੱਖਣੀ ਅੱਜ ਹੀ ਕਰਾ ਕੇ ਆਏ ਸਵੇਰੇ ਅੱਜ ਹੀ ਕਰਾ ਕੇ ਆਏ ਜੀ ਥੈਂਕ ਯੂ ਸੋ ਮਚ ਥੈਂਕ ਯੂ ਸਰ ਹੁਣ ਮਾਈਕ ਦੇ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਨੂੰ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਕੀ ਆਤਾ ਹੈ ਹਿੰਦੀ ਇੰਗਲਿਸ਼ ਅੱਛਾ ਅੱਛਾ ਖਾਣਾ 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 ਆਤਾ ਬਹੁਤ ਅੱਛੀ ਸੀ ਬਹੁਤ ਅੱਛੀ ਤਰੀਕੇ ਦਾ ਔਰ ਕਹਾਂ ਸੇ ਹੋ ਜੀਰਕਪੁਰ ਜੈਸੇ ਆਪ ਯਹਾਂ ਪੇ ਪੜ੍ਹਤੇ ਹੋ ਘਰ ਕਿਤਨੇ ਟਾਈਮ ਪਰ ਵੀਕਐਂਡ ਮੇ ਜਾਤੇ ਹੋ ਫਿਰ ਘਰ ਦੇ ਨੂੰ ਯਾਦ ਆਉਂਦੀ ਹੈ ਹਾਂ ਕਿੰਨੀ ਕੁ ਬਹੁਤ ਆਤੀ ਹੈ ਕਿਆ ਅੱਛਾ ਪਰ ਅਬ ਤਾਂ ਆਦਤ ਹੋ ਗਈ ਹੁਣ ਤਾਂ ਆਦਤ ਹੋ ਗਈ ਅੱਛਾ 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 ਹੁਣ ਯਾਦ ਨਹੀਂ ਆਉਂਦੀ ਆਤੀ ਹੈ ਕਿਸੇ ਹੋਰ ਦੀ ਆਉਂਦੀ ਹੈ ਨਹੀਂ ਹਾਂਜੀ ਨਹੀਂ ਅੱਛਾ ਆਉਂਦੀ ਹੈ ਘਰਦਿਆਂ ਦੀ ਕੀ ਸ਼ੌਂਕ ਕੀ ਨੇ ਜੀ ਗਾਣਾ ਲਿਖਣਾ ਖੁਦ ਲਿਖਦੇ ਹੋ ਓਕੇ ਓਕੇ ਸੁਣਾਓ ਜੀ ਓਕੇ ਖੁਦ ਲਿਖਾ ਹੋਊਗਾ ਸੁਣਾਣੇ ਜਾ ਰਹੇ ਹੋ ਨਹੀਂ ਨਹੀਂ ਹਾਂਜੀ ਹਿੰਦੀ ਗਾਣਾ ਓਕੇ ਸੁਣਾਓ ਸੁਣਾਓ ਮੁਸਕੁਰਾਨੇ ਕੀ ਵਜ੍ਹਾ ਤੁਮ ਹੋ ਗੁਨਗੁਨਾਨੇ ਕੀ ਵਜ੍ਹਾ ਤੁਮ ਹੋ ਜੀਆ ਜਾਏ ਨਾ ਜਾਏ ਨਾ ਜਾਏ ਨਾ ਓ ਰੇ ਪੀਆ ਰੇ ਜੀਆ ਜਾਏ ਨਾ ਜਾਏ ਨਾ ਜਾਏ ਨਾ ਓ ਰੇ ਪੀਆ ਰੇ ਥੈਂਕ ਯੂ ਸੋ ਮਚ ਜੀ ਗੋਡ ਬਲੈਸ ਯੂ ਜੀ ਗੋਡ ਬਲੈਸ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਸੁਮਨਦੀਪ ਕੌਰ ਸੁਮਨਦੀਪ ਆ ਜਿਹੜਾ ਪਾਇਆ ਜੀ ਕੀ ਕਹਿੰਦੇ ਇਹਨੂੰ ਗੌਨ ਹੈ ਗੌਨ ਗੌਨ ਬੜਾ ਸੋਹਣਾ ਤੁਸੀਂ ਗੌਨ ਪਾਇਆ ਹੋਇਆ ਹੈ ਥੈਂਕ ਯੂ ਕਹੋ ਥੈਂਕ ਯੂ ਕਹੋ ਥੈਂਕ ਯੂ ਬੜਾ ਸੋਹਣਾ ਤੁਸੀਂ ਗੌਨ ਪਾਇਆ ਹੋਇਆ ਹੈ ਪਰ ਇਹ ਹੇਅਰ ਕੱਟ ਸਾਡੇ ਟੌਮੀ ਵਰਗਾ ਕਰਾਇਆ ਹੋਇਆ ਕਹੋ ਕਹੋ ਥੈਂਕ ਯੂ ਨਹੀਂ ਨਹੀਂ ਵਧੀਆ ਵਧੀਆ ਲੱਗਦਾ ਜੀ ਸੂਟ ਕਰਦਾ ਤੁਹਾਡੇ ਤੇ ਕਿੱਥੋਂ ਬਿਲੋਂਗ ਕਰਦੇ ਹੋ ਜੀ ਦਸੂਆ ਦਸੂਏ ਤੋਂ ਕੀ ਸ਼ੌਂਕ ਨੇ ਜੀ ਡਾਂਸ ਮਾਡਲਿੰਗ ਮਾਡਲਿੰਗ ਦੇ ਸ਼ੌਂਕ ਹੈ ਜੀ ਰੈਂਪ ਵਾਕ ਕਰਕੇ ਦਿਖਾਓਗੇ ਜੀ ਸਾਨੂੰ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਥੈਂਕ ਯੂ ਬਹੁਤ ਟੇਢਾ ਮੇਢਾ ਤੁਰੇ ਜੀ ਐਂ ਕਰਕੇ ਬਹੁਤ ਵਧੀਆ ਕੀਤਾ ਜੀ ਇਹ ਕੁੜੀਆਂ ਨੂੰ ਜੱਜਦਾ ਜੀ ਨਾ ਟੇਢਾ ਮੇਢਾ ਤੁਰਨਾ ਜੀ ਸਾਡਾ ਹੈਂ ਤੈਨੂੰ ਤਾਂ ਪਤਾ ਹੀ ਹੋਊ ਠੀਕ ਹੈ ਠੀਕ ਹੈ ਥੈਂਕ ਯੂ ਸੋ ਮਚ ਤੁਸੀਂ ਆਓ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮਨਿੰਦਰ ਕੌਰ ਮਨਿੰਦਰ ਜੀ ਬਹੁਤ ਸੋਹਣਾ ਸੂਟ ਜੀ ਥੈਂਕ ਯੂ ਬਾਬੇ ਤੁਹਾਨੂੰ ਤਰੱਕੀ ਦੇਣ ਤੇ ਕੀ ਸ਼ੌਂਕ ਨੇ ਤੁਹਾਡੇ ਮੇਰਾ ਸ਼ੌਂਕ ਲਿਖਣਾ ਵੇਲੇ ਟਾਈਮ 'ਚ ਕੁਛ ਅੱਛਾ ਜੀ ਆਪ ਲਿਖਦੇ ਹੋ ਜੀ ਹਾਂਜੀ ਓਕੇ ਜੀ ਓਕੇ ਤੇ ਮੈਂ ਇੱਥੇ ਵੀ ਕੁੜੀਆਂ ਦੇ ਵੱਲੋਂ ਕੁਛ ਲਿਖਿਆ ਹੋਇਆ ਹੈ ਜੋ ਕੁੜੀਆਂ ਦੇ ਵੱਲੋਂ ਡੈਡੀਕੇਟ ਕਰਨਾ ਚਾਹੁੰਦੀ ਸੁਣਾਓ ਜੀ ਸੁਣਾਓ ਸੁਣਾਓ ਕੁੜੀਆਂ ਜਿੰਨਾ ਮਰਜ਼ੀ ਕਰਨ ਪਿਆਰ ਲੋਕੋ ਉਹਨਾਂ ਦਾ ਪਿਆਰ ਹਰ ਥਾਂ ਠੁਕਰਾਇਆ ਜਾਂਦਾ ਮਾਪਿਆਂ ਦਾ ਰੱਖਣ ਖਿਆਲ ਪੂਰਾ ਮਾਪਿਆਂ ਦਾ ਰੱਖਣ ਖਿਆਲ ਪੂਰਾ ਪਰਾਇਆ ਧਨ ਕਹਿ ਕੇ ਪਲ 'ਚ ਬੇਗਾਨਾ ਕਰ ਦਿੱਤਾ ਜਾਂਦਾ ਬਾਬੂ ਦੇ ਵਿਹੜੇ ਹਰ ਚੀਜ਼ ਵੀਰ ਦੀ ਬਾਬੂ ਦੇ ਵਿਹੜੇ ਹਰ ਚੀਜ਼ ਵੀਰ ਦੀ ਕੁੜੀਆਂ ਦਾ ਅਸਲੀ ਘਰ ਸਹੁਰੇ ਹੁੰਦਾ ਇਹੀ ਸਿਖਾਇਆ ਜਾਂਦਾ ਆ ਕੇ ਵਿੱਚ ਸਹੁਰਿਆਂ ਦੇ ਸਭ ਨੂੰ ਲੈਂਦੀ ਅਪਣਾ ਲੋਕੋ ਪਰ ਆਈ ਦੂਜੇ ਘਰੋਂ ਕਹਿ ਕੇ ਫਿਰ ਤੋਂ ਬੇਗਾਨੀ ਕਰ ਦਿੱਤਾ ਜਾਂਦਾ ਲੋਕੀ ਆਖਦੇ ਧੀਆਂ ਨੂੰ ਬਚਾਓ ਲੋਕੋ ਲੋਕੀ ਆਖਦੇ ਧੀਆਂ ਨੂੰ ਬਚਾਓ ਲੋਕੋ ਪਰ ਕੋਈ ਦੱਸੇ ਇਹਨਾਂ ਦਾ ਦੁਨੀਆ ਤੇ ਕੌਣ ਹੁੰਦਾ ਪਰ ਕੋਈ ਦੱਸੇ ਇਹਨਾਂ ਦਾ ਦੁਨੀਆ ਤੇ ਕੌਣ ਹੁੰਦਾ ਆਪ ਲਿਖਿਆ ਜੀ ਹਾਂਜੀ ਬਹੁਤ ਸੋਹਣਾ ਲਿਖਦੇ ਹੋ ਜੀ ਥੈਂਕ ਯੂ ਤੁਹਾਡੀ ਉਮਰ ਹਜੇ ਛੋਟੀ ਹੈ ਨਾ ਹਾਂਜੀ ਤੇ ਛੋਟੀ ਉਮਰ ਦੇ ਵਿੱਚ ਬਹੁਤ ਸੋਹਣਾ ਤੁਹਾਡੀ ਕਲਮ ਹੈ ਜੀ ਮਹਾਰਾਜ ਤੁਹਾਡੀ ਕਲਮ ਨੂੰ ਹੋਰ ਤਰੱਕੀ ਦੇ ਥੈਂਕ ਯੂ ਸੋ ਮਚ ਜੀ ਗੋਡ ਬਲੈਸ ਯੂ ਜੀ ਬਾਬਾ ਜੀ ਮਿਹਰ ਕਰਨ ਤੁਸੀਂ ਆਇਓ ਜੀ ਭੰਗੜਾ ਪਾਉਣਾ ਇੰਨੀਆਂ ਜੀ ਪ੍ਰਧਾਨ ਤੁਸੀਂ ਗਰੁੱਪ ਦੇ ਠੀਕ ਹੈ ਤੁਹਾਡਾ ਜੀ ਸਤਵਿੰਦਰ ਪੂਜਾ ਪੂਜਾ ਜੀ ਤੁਹਾਡਾ ਗਗਨਪ੍ਰੀਤ ਕੌਰ ਗਗਨ ਜੀ ਹੁਣ ਕੀ ਡਾਂਸ ਕਰੋਗੇ ਜੀ
अपने फेवरेट शो कंटीन्यू मंडीर के पंजाब यूनिवर्सिटी चंडीगढ़ का रीजनल कैंपस पूरी रौनक लगी हुई ने गल्लां बातां कीतियां शरारतां कीतियां हुण एक सियाने जी सर साडे नाल खड़े ने सर तां सियाने ही हुंदे ने है ना जी पहले शरारती हुंदे सीगे सत श्री अकाल जी देखो हम भी उसी दौर से गुजरे हैं जिससे ये हमारे स्टूडेंट यहाँ से गुजरे हैं बिल्कुल जी तथा हमारा ये जो कैंपस है 2006 में स्थापित किया पंजाब विश्वविद्यालय का रीजनल सेंटर इसमें वर्तमान में इसमें हमारे पास इंजीनियरिंग के 4 कोर्सेज चलते हैं लॉ के 2 कोर्सेज LLB और BLLB चलते हैं साथ में MCA हमारा चलता है हमारा ये रीजनल सेंटर जो है पूरे पंजाब को हिमाचल प्रदेश उत्तराखंड बिहार उत्तर प्रदेश और देश के विभिन्न हिस्सों से यहाँ स्टूडेंट पढ़ने आते हैं और बड़ी खुशी की विषय है कि हमारे जो बच्चे हैं अपने आप को काफ़ी प्रूव कर रहे हैं प्लेसमेंट में हम काफ़ी आगे हैं हमारे बच्चे जो हैं जज भी लग रहे हैं हमारे कुछ एक बच्चे आज की डेट में 70 लाख से 1 करोड़ तक के पैकेज पे यहाँ के निकले हुए पहुँच गए हैं हमारे कुछ छात्र यहीं पर उन्होंने पढ़ाना भी शुरू कर दिया है तथा इस कैंपस की जो सबसे बड़ी खास बात है कि यहाँ पर अनुशासन जो यहाँ पर क्रिएट किया है हमारे छात्रों ने और जो मेहनत हमारे छात्र करते हैं वो किसी भी कैंपस में देखने को नहीं मिलता है साथ में हमारे पास बहुत अच्छे अच्छे स्टूडेंट्स यहाँ पर हैं हमारे मनप्रीत को हमने यहाँ इतना बड़ा इवेंट हम कर रहे हैं हमने डिसिप्लिन का इनको दिया और हैरानी की बात कि इतना स्टूडेंट एंजॉय कर रहा है DJ पे नाच रहा है अपने टेक्निकल इवेंट्स में जा रहा है अपने और इवेंट्स कल्चरल इवेंट्स में जा रहा है लेकिन एक भी अनुशासनहीनता की घटना यहाँ पर नहीं हुई है इसके साथ हमारे जितने भी यहाँ पर साथी हैं हमारे टीचिंग नॉन टीचिंग जो भी लोग हैं वो भरकस मेहनत इनसे करवाते हैं भरकस मेहनत ये लोग करते हैं बहुत वधिया जी थैंक यू सो मच सर थोड़ा नाम की नाम भी दस्स दो मैं डॉक्टर ब्रजेश शर्मा मैं लॉ डिपार्टमेंट से इस इवेंट का कोऑर्डिनेटर हां जी हां मैं अपने कैंपस के छात्रों की ओर से आप लोगों का आपकी टीम का भी धन्यवाद करता हूं आशा करता हूं आप भविष्य में भी इस प्रकार के रंगीले कार्यक्रम हमारे कैंपस में करते रहेंगे हमारे कैंपस का नाम आप पूरे देश में पूरे प्रदेश में जो है आगे ले जाएंगे आपके माध्यम से हमें जो प्रचार प्रसार मिलेगा उसके लिए आपकी समस्त टीम का हम समस्त लोगों की ओर से समस्त छात्रों की ओर से समस्त टीचरों की ओर से आपका बहुत बहुत धन्यवाद बहुत सारा धन्यवाद सत श्रीकाल जी सारे की नाम थोड़ा मेरा नाम जी जयकरण सिंह है जी अमृतसर तो बिलोंग करता है माझे तो ठीक है ठीक है बहुत सोहनी पगा भाई होर सारे भाई होनी ने तुम मिलना चाहते ने बहुत बहुत धन्यवाद जी थोड़ा कंटीनी मंडीर नंबर 1 ते जो एक बार ताड़ियां जोर ला भाई की सुनाओगे जी सारे भाई इकट्ठे होके की सुनावांगे सुनाओ सुनाओ वीरे चलो जी आओ मेरे भरा आओ मेरे शीशे दे साफ ने मेरे शकला दे पक्कियां ओ सब शुरू होने वादियां फिर ताड़ियां बहुत सोहनी पग पाई जी ਕਿੱਥੋਂ ਬਿਲੋਂਗ ਕਰਦੇ ਜੀ ਲੋਕ ਹੁਸ਼ਿਆਰਪੁਰ ਦਾ ਜੀ ਹੁਸ਼ਿਆਰਪੁਰ ਦਾ ਤੁਹਾਡੇ ਸ਼ੌਂਕ ਜੀ ਗਾਉਣ ਦਾ ਤਾਂ ਹੈ ਜੀ ਤੁਹਾਨੂੰ ਸ਼ੇਰ ਸੁਣਾ ਦਿੰਦੇ ਆਪਾਂ ਕਿ ਤੱਕ ਆਪਦੇ ਸਿਆਣੇ ਕਹਿੰਦੇ ਆ ਜਿੱਦਾਂ ਹਾਂਜੀ ਸੁਣਾਓ ਜਦੋਂ ਪਹਿਲੀ ਵਾਰ ਐਡਮਿਸ਼ਨ ਲੈ ਕੇ ਆਏ ਸੀ ਘਰ ਡੱਬਾ ਲੈ ਕੇ ਆਏ ਇੱਕ ਹੌਲੀ ਹੌਲੀ ਪਹਿਲੀ ਜਦੋਂ ਐਡਮਿਸ਼ਨ ਲਈ ਇੱਥੇ ਤੇ ਘਰ ਦੇ ਸਪਨੇ ਬਜ਼ੁਰਗਾਂ ਨੂੰ ਡੱਬਾ ਦਿੱਤਾ ਕਿ ਹਾਂਜੀ ਐਡਮਿਸ਼ਨ ਲੈ ਲਈ ਆ ਜੀ ਤੇ ਉਹਨਾਂ ਨੇ ਇੱਕ ਸਾਨੂੰ ਫਿਰ ਕਹਾਵਤ ਕਹਿ ਲਓ ਸ਼ੇਰ ਕਹਿ ਲਓ ਕਹਿੰਦੇ ਹੂਏ ਜਬ ਵਕੀਲ ਤੋ ਸ਼ੈਤਾਨ ਨੇ ਕਹਾ ਹਮ ਵੀ ਅੱਜ ਬਾ ਔਲਾਦ ਹੋ ਗਏ इकट्ठे पढ़दे लिखदे फट्टी कोकू वटा नाल सी चलदे मौज मनांदे अद्धी छुट्टी ओ बचपन दियां खेलां किथों ओ बचपन दियां खेलां किथों मुड़ के आउंदियां ने कली जोटे दियां गल्लां यारो याद आउंदियां ने कली जोटे दियां गल्लां
ਯਾਰੋ ਯਾਦ ਆਉਂਦੀਆਂ ਨੇ। ਮੇਰੀ ਜ਼ਮੀਨ ਬਣ ਗਏ ਓ ਤੇਰੇ ਨਾਲ। ਮੇਰੀ ਪਿਆਰ ਮੇਰੀ ਸਿਸਟਰ ਹੈ ਨਾ, ਆਪਕੀ ਬਹੁਤ ਬੜੀ ਫੈਨ ਹੈ। ਸੋਰੀ ਕਾਹਦੀ, ਕੋਈ ਮੈਂ ਡਰ ਗਿਆ ਜੀ। ਬਹੁਤ ਬੜੀ ਫੈਨ ਹੂੰ ਸਰ। ਥੈਂਕ ਯੂ ਜੀ। ਬਾਬਾ ਜੀ ਮਿਹਰ ਕਰਨ ਜੀ, ਖੁਸ਼ ਰਹੋ ਜੀ ਹਮੇਸ਼ਾ ਜੀ, ਹਮੇਸ਼ਾ ਤਰੱਕੀ ਕਰੋ। ਬਹੁਤ ਸੋਹਣਾ ਗਾਇਆ ਜੀ, ਬਹੁਤ ਸੋਹਣਾ ਗਾਇਆ। ਸਤਿ ਸ਼੍ਰੀ ਅਕਾਲ ਜੀ। ਭੋਜਪੁਰੀ ਹਾਂਜੀ, ਭੋਜਪੁਰੀ ਗਾਣਾ। ਹਾਂ ਨੌ ਤਾਂ ਦੱਸੋ, ਮੈਂ ਸਤਿ ਸ਼੍ਰੀ ਅਕਾਲ ਕਹਿ ਰਿਹਾ। ਹੈ ਰਾਹੁਲ, ਰਾਹੁਲ ਸੁਣਾਓ ਜੀ, ਸੁਣਾਓ। ਤੂੰ ਲਗਾਓ ਪਹਿਲੂ ਚ ਬੱਲੀ ਪੇਸਟਿਕ ਹੀ ਲਹਿਲਾ ਆ ਰਹਾ ਦਿਸਤੀ, ਤੂੰ ਲਗਾਓ ਪਹਿਲੂ ਚ ਬੱਲੀ ਪੇਸਟਿਕ ਹੀ ਲਹਿਲਾ ਆ ਰਹਾ ਦਿਸਤੀ, ਜਿੰਨ ਟੋਪ ਲਾਗੇ ਲੂ ਕਮਰੀਆ 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 ਕਰ ਲਾ ਪਾਲਾ ਪਲੋਲੀ ਪੋਪ ਲਾਗੇ ਲੂ, ਕਮਰੀਆ ਕਰ ਲਾ ਪਾਲਾ ਪਲੋਲੀ ਪੋਪ ਲਾਗੇ ਲੂ। ਬਹੁਤ ਵਧੀਆ ਜੀ, ਧੰਨਵਾਦ ਧੰਨਵਾਦ। ਕੋਈ ਦੀਵਾਨਾ ਕਹਤਾ ਹੈ ਕੋਈ ਪਾਗਲ ਸਮਝਤਾ ਹੈ, ਧਰਤੀ ਕੀ ਬੇਚੈਨੀ ਕੋ ਬਸ ਬਾਦਲ ਸਮਝਤਾ ਹੈ, ਤੂੰ ਮੁਝਸੇ ਦੂਰ ਕੈਸੀ ਹੈ ਮੈਂ ਤੁਝਸੇ ਦੂਰ ਕੈਸਾ ਹੂੰ, ਕਿ ਤੇਰਾ ਦਿਲ ਸਮਝਤਾ ਹੈ ਕਿ ਮੇਰਾ ਦਿਲ ਸਮਝਤਾ ਹੈ। ਵਧੀਆ ਹਾਂਜੀ, ਤਾੜੀ ਤਾੜੀ ਲਾਓ ਕਰ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਆ ਜਾਓ ਜੀ, ਆ ਜਾਓ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤਰਨ ਹੈ। ਹਾਂਜੀ, ਇਹ ਸੁਣਾਓ, ਉਹ ਟੀਵੀ ਤੇ ਉਹਦੇ ਜਾਂ ਸੁਣਾਓ। ਹਾਂਜੀ, ਇਹਨੂੰ ਪਤਾ ਹੀ ਨਹੀਂ ਵੀ ਹੁਣ ਤੱਕ ਮੈਂ ਟੀਵੀ ਤੇ ਆ। ਚਲੋ ਚਲੋ, ਅੱਛਾ ਜੀ ਸੁਣਾਓ ਫਿਰ। ਅੱਛਾ ਜੀ, ਅੱਛਾ ਜੀ, ਜੇ ਇਹਨੂੰ ਮਾੜਾ ਕਹੇ ਤਾਂ ਮਾੜੇ ਤਾਂ ਖਾਣ ਨੂੰ ਪੈਜੂਗੀ। ਔਰ ਯੇ ਸ਼ੋ ਆਪਕੇ ਮੰਮੀ ਡੈਡੀ ਮਾਸੀ। ਨਹੀਂ ਨਹੀਂ, ਮੈਂ ਕਹੂੰਗੀ ਨਹੀਂ, ਮੈਂ ਆ ਰਹੀ ਹੂੰ। ਅੱਛਾ ਅੱਛਾ ਅੱਛਾ, ਅਗਰ ਪਤਾ ਚੱਲ ਗਿਆ ਕੁਛ ਨਹੀਂ ਬੋਲਾਂਗੇ। ਕੁਛ ਨਹੀਂ ਬੋਲਾਂਗੇ, ਪਸੰਦ ਹੋ ਨਾ ਆਪ। ਅੱਛਾ, ਉਨਕੋ ਪਸੰਦ ਹੈ। ਬੱਲੇ ਬੱਲੇ, ਫੈਮਿਲੀ ਪਲੈਨਿੰਗ ਚੱਲਦੀ ਹੈ ਜੀ। ਵੀ ਐਂ ਕਰਕੇ ਐਂ ਕਰ ਦਾਂਗੇ। ਯੈਸ ਯੈਸ, ਬਿਲਕੁਲ। ਥੈਂਕ ਯੂ ਜੀ, ਥੈਂਕ ਯੂ। ਆਈ ਹੋਪ ਮੁਝੇ ਆਪਕੇ ਸਾਥ ਸੈਲਫੀ ਵੀ ਲੈਣੀ ਹੈ। ਹਾਂਜੀ, ਸੈਲਫੀ ਲੈਣੀ ਹੈ ਆਪਾਂ, ਸੈਲਫੀ ਹੁਣੇ ਹੁਣੇ ਜੀ। ਧੰਨਵਾਦ ਜੀ, ਧੰਨਵਾਦ। ਖੁਸ਼ ਰਹੋ, ਹਮੇਸ਼ਾ ਖੁਸ਼ ਰਹੋ। ਥੈਂਕ ਯੂ ਜੀ, ਥੈਂਕ ਯੂ। ਚਲੋ ਜੀ, ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਗੱਭਰੂਆਂ ਦਾ ਭੰਗੜਾ। ਆ ਜਾਓ ਵੀਰੇ, ਹੁਸ਼ਿਆਰਪੁਰ ਵਿੱਚ ਪੂਰੀਆਂ ਰੌਣਕ ਲੱਗੀਆਂ। ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਦੇ ਹਾਂ। ਕੰਟੀਨਿਊ ਮੰਡੀਰ ਨੂੰ ਪਿਆਰ ਕਰਦੇ ਰਹੋ। ਕੀ ਪੋਚਿੰਗ MHONE ਰਵਨੀਤ ਵੱਲੋਂ, ਬਾਏ ਬਾਏ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਨੀਤ। ਥੈਂਕ ਯੂ ਸੋ ਮਚ, ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ। ਨਾਲ ਦੇ ਨਾਲ MHONE ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ। ਸਤਿ ਸ਼੍ਰੀ ਅਕਾਲ ਜੀ।